ਉਹ ਕਹਿੰਦਾ ਵੀ ਕਿਸੇ ਵੀ ਤਰੀਕੇ ਮੈਨੂੰ ਬਸ ਬਾਹਰ ਭੇਜ ਦਿਓ। ਤੇ ਤੁਸੀਂ ਤਾਂ ਚੰਗੇ ਭਲੇ ਬਾਹਰ ਗਏ ਹੋਏ ਸੀ, ਉਹ ਵੀ ਕੈਨੇਡਾ, ਜਿਹੜੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਪੰਜਾਬੀਆਂ ਦੀ, ਹੈ ਨਾ, ਵਿਦੇਸ਼ ਦੀ ਧਰਤੀ, ਉਹ ਧਰਤੀ 'ਤੇ ਤੁਸੀਂ 5 ਸਾਲ ਲਾ ਕੇ ਮੁੜ ਕੇ ਪੰਜਾਬ ਆ ਗਏ। ਦਿਮਾਗ ਠੀਕ ਆ ਬਾਈ, ਕੀ ਚੱਕਰ ਪੈ ਗਿਆ? ਨਹੀਂ, ਦਿਮਾਗ ਉੱਥੇ ਜਾ ਕੇ ਠੀਕ ਹੋਇਆ ਦਰਅਸਲ ਦੇ ਵਿੱਚ। ਅੱਛਾ ਪਰਮਿਤ ਭਾਈ, ਜਦੋਂ ਤੁਸੀਂ ਗਏ ਸੀਗੇ ਉਦੋਂ ਤੁਹਾਡੀ ਏਜ ਕਿੰਨੀ ਸੀ? ਮੈਂ ਜਦੋਂ ਗਿਆ ਸੀ ਮੇਰੀ 23 ਸਾਲ ਸੀਗੇ। ਤੁਹਾਨੂੰ ਇਹ ਵੀ ਸੀਗਾ ਵੀ ਕਿਤੇ ਮੈਂ ਬਾਹਰ ਜਾ ਕੇ ਆਜ਼ਾਦ ਹੋ ਜਾਊਂਗਾ ਪ੍ਰੋਪਰ ਇੱਥੇ? ਥੋੜ੍ਹਾ ਜਿਹਾ ਇਸ ਚੀਜ਼ ਦਾ ਵੀ ਹੁੰਦਾ ਹੀ ਆ, ਕਿਉਂਕਿ ਆਪਣੀ ਫੈਮਿਲੀ ਆਪਣਾ ਕਲਚਰ ਥੋੜ੍ਹਾ ਉੱਦਾਂ ਦਾ ਹੈ ਕਿ ਬੱਚਿਆਂ ਨੂੰ ਥੋੜ੍ਹਾ ਰੋਕ ਕੇ ਰੱਖਦੇ ਨੇ। ਜਦੋਂ ਤੁਸੀਂ ਬਾਹਰ ਗਏ ਆ, ਇੱਥੇ ਕੰਮ ਹੀ ਨਹੀਂ ਕੀਤਾ ਪਹਿਲੇ ਕਦੀ? ਨਹੀਂ, ਮੈਂ ਇੱਥੇ ਕਦੀ ਕੰਮ ਨਹੀਂ, 8 ਨਹੀਂ ਘੱਟੋ ਘੱਟ 12 ਤੋਂ 16 ਘੰਟੇ ਸ਼ੁਰੂ 'ਚ ਤਾਂ 2 ਸਾਲ ਦਾ ਕੰਮ ਕਰਨਾ ਹੀ ਪੈਣਾ ਵਾ, ਪਰ ਹੁਣ ਤਾਂ ਇਹ ਹਿਸਾਬ ਹੋ ਗਿਆ ਕਿ 12-14 ਘੰਟੇ ਤੁਹਾਨੂੰ ਕੰਮ ਕਰਨਾ ਹੀ ਪਏਗਾ। ਕਿ ਤੁਸੀਂ $20 ਤੋਂ ਘੱਟ ਘੰਟੇ ਦੇ ਕਮਾਉਂਦੇ ਹੋ ਤਾਂ ਤੁਹਾਨੂੰ ਇੰਨਾ ਕੰਮ ਕਰਨਾ ਹੀ ਪਏਗਾ, ਤਾਂ ਹੀ ਤੁਹਾਡਾ ਘਰ ਦੀ ਮੌਡਗੇਜ ਉਤਰੇਗੀ, ਜਾਂ ਜਿੱਥੇ ਤੁਸੀਂ ਰੈਂਟ 'ਚ ਰਹਿੰਦੇ ਹੋ ਉਹਦਾ ਨਿਕਲੇਗਾ, ਤਾਂ ਤੁਹਾਡੇ ਘਰ ਦੇ ਖਰਚੇ ਨਿਕਲਣਗੇ। ਉਹਨਾਂ ਦੇ ਕੰਮ ਕਰਦੇ ਕਰਦੇ ਨਾ ਇੱਥੇ ਹੱਥ ਦੇ ਵਿੱਚ ਕੱਟ ਲੱਗ ਗਿਆ ਸੀਗਾ, ਖੱਡੀ ਤੱਕ ਉਹਨਾਂ ਦਾ ਨਾ ਮਤਲਬ ਕੱਟ ਪੈ ਗਿਆ ਸੀਗਾ, ਅਤੇ ਅਸੀਂ ਉਹਨਾਂ ਨੂੰ ਲੈ ਕੇ ਗਏ ਹੋਸਪਿਟਲ ਦੇ ਵਿੱਚ, ਉੱਥੇ ਲੱਗ ਗਈ ਹੈਗਾ ਵਾ ਵਾਟਰਲੂ ਦੇ ਵਿੱਚ, ਕਿਹਾ ਵਾ ਕੱਟ ਵਗੈਰਾ, ਅਤੇ ਉਹਨਾਂ ਨੇ ਵੇਟ ਕਰਨ ਨੂੰ ਕਿਹਾ, ਅਤੇ ਅਸੀਂ 6-7 ਘੰਟੇ ਉੱਥੇ ਵੇਟ ਕੀਤੀ ਹੈ। ਉਹਨਾਂ ਨੇ ਮਰਜ਼ ਪੱਟੀ ਬੰਨਤੀ ਹੈ, ਤੇ ਫਿਰ 6-7 ਘੰਟੇ ਬਾਅਦ ਡਾਕਟਰ ਆ ਕੇ ਉਹਨਾਂ ਨੂੰ ਟ੍ਰੀਟ ਕੀਤਾ ਹੈ। ਪਰ ਸੁਣਨ 'ਚ ਤਾਂ ਇਹ ਆਉਂਦਾ ਵੀ ਬਾਹਰ ਬੜਾ ਵਧੀਆ ਮੈਡੀਕਲ ਸਿਸਟਮ ਆ। ਨਹੀਂ, ਉੱਥੇ ਡਾਕਟਰਾਂ ਦੀ ਬਹੁਤ ਕਮੀ ਆ, ਮੈਡੀਕਲ ਸਿਸਟਮ ਜਿਹਨੂੰ ਕਹਿੰਦੇ ਆ ਉਹਦੀ ਵੀ ਰੀੜ੍ਹ ਦੀ ਹੱਡੀ ਟੁੱਟੀ ਹੋਈ ਆ। ਸੁਣਨ ਨੂੰ ਤਾਂ ਮਿਲਦਾ ਕਿ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਹੈ ਜਾਂ ਫਿਰ ਉਸ ਲੈਵਲ ਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਜਿੰਨਾ ਨਸ਼ਾ ਉੱਥੇ ਹੈਗਾ ਆ ਉਨਾ ਇੱਥੇ ਨਹੀਂ ਹੈ, ਜਿੰਨਾ ਨਸ਼ਾ ਨੌਰਥ ਅਮਰੀਕਾ 'ਚ ਆ ਪੂਰੇ 'ਚ। ਤੁਹਾਨੂੰ ਕਦੋਂ ਰਿਲਾਈਜ਼ ਹੋਇਆ ਵੀ ਯਾਰ ਮੈਂ ਇੱਥੋਂ ਵਾਪਸ ਜਾਣਾ ਚਾਹੁੰਦਾ? ਉਹ ਕਿੱਦਾਂ ਦੀਆਂ ਗੱਲਾਂ ਸੀਗੀਆਂ ਮਾਇੰਡ ਦੇ ਵਿੱਚ ਆਈਆਂ, ਕੀ ਕਾਰਨ ਸੀਗੇ ਵੀ ਤੁਸੀਂ ਵਾਪਸ ਆਏ? ਅਤੇ ਗਰਾਊਂਡ ਰਿਐਲਿਟੀ ਕੁਛ ਹੋ ਰਹੀ ਹੈ, ਅਤੇ ਲੋਕਾਂ ਨੂੰ ਕਾਫੀ ਜ਼ਿਆਦਾ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਉੱਥੇ। ਤਾਂ 5 ਸਾਲ ਦੇ ਵਿੱਚ ਤਾਂ PR ਹੋ ਜਾਣਾ ਚਾਹੀਦਾ, PR ਨਹੀਂ ਅਪਲਾਈ ਕੀਤੀ ਤੁਸੀਂ, ਜਾਂ ਤੁਹਾਡੀ ਲੱਗੀ ਨਹੀਂ ਤਾਂ ਕਰਕੇ ਵਾਪਸ ਆ ਗਏ? ਨਹੀਂ ਮਤਲਬ, ਸਤਿ ਸ਼੍ਰੀ ਅਕਾਲ, ਮੈਂ ਪਰਮਿੰਦਰ ਸਿੰਘ ਅਤੇ ਪੰਜਾਬ ਡਾਇਰੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਅਤੇ ਕਦੀ ਇਹਨੂੰ ਸੋਨੇ ਦੀ ਚਿੜੀ ਵੀ ਕਹਿੰਦੇ ਸੀ, ਪਰ ਪਤਾ ਨਹੀਂ ਕੀ ਹੋਇਆ ਕਿ ਪੰਜਾਬ ਨੂੰ ਨਜ਼ਰ ਲੱਗ ਗਈ, ਅਤੇ ਪੰਜਾਬ ਦੀ ਨੌਜਵਾਨੀ ਅੱਜ ਪੰਜਾਬ ਦੇ ਵਿੱਚ ਰਹਿਣਾ ਪਸੰਦ ਨਹੀਂ ਕਰ ਰਹੀ। ਧੜੱਲੇ ਦੇ ਨਾਲ ਪੰਜਾਬ ਦੇ ਨੌਜਵਾਨ, ਭਾਵੇਂ ਉਹ ਮੁੰਡੇ ਨੇ ਭਾਵੇਂ ਕੁੜੀਆਂ ਨੇ, ਉਹ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰਹਿਣਾ ਪਸੰਦ ਕਰਦੇ ਆ। ਜਹਾਜ਼ਾਂ ਦੇ ਜਹਾਜ਼ ਭਰ ਕੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਨੌਜਵਾਨ ਪ੍ਰਵਾਸ ਕਰ ਰਹੇ ਨੇ, ਪਰ ਇੱਕ ਅਜਿਹਾ ਨੌਜਵਾਨ ਜਿਹੜਾ 5 ਸਾਲ ਵਿਦੇਸ਼ ਦੀ ਧਰਤੀ 'ਤੇ ਲਾ ਕੇ ਮੁੜ ਤੋਂ ਪੰਜਾਬ ਆ ਗਿਆ, ਕੈਨੇਡਾ ਵਰਗੀ ਧਰਤੀ ਜਿੱਥੇ ਖਾਸ ਤੌਰ 'ਤੇ ਜੇ ਪੰਜਾਬੀਆਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਬਾਹਰ ਜਾਣਾ ਕਿਹੜੀ ਕੰਟਰੀ ਦੇ ਵਿੱਚ ਜਾਣਾ ਪਸੰਦ ਕਰਦੇ ਹੋ, ਤਾਂ ਪੰਜਾਬੀ ਕਹਿੰਦੇ ਆ ਕਿ ਅਸੀਂ ਕੈਨੇਡਾ ਜਾਣਾ ਚਾਹੁੰਦੇ ਹਾਂ। ਇੱਦਾਂ ਦੀ ਧਰਤੀ ਛੱਡ ਕੇ ਤਕਰੀਬਨ 5 ਸਾਲ ਲਾ ਕੇ ਪੰਜਾਬ ਦਾ ਇੱਕ ਨੌਜਵਾਨ ਵਾਪਸ ਪੰਜਾਬ ਪਰਤਿਆ, ਉਹਦੇ ਕੀ ਕਾਰਨ ਰਹੇ ਨੇ, ਆਓ ਜਾਣਦੇ ਹਾਂ, ਅਤੇ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਰਮੀਤ ਵੀਰੇ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ, ਬਸ ਕਿਰਪਾ ਮਹਾਰਾਜ ਦੀ, ਤੁਹਾਡੇ ਦਰਸ਼ਨ ਹੋ ਗਏ। ਚਲੋ, ਹੋਰ ਠੀਕ ਠਾਕ ਹੋ? ਸਭ ਵਧੀਆ, ਸਭ ਚੜ੍ਹਦੀ ਕਲਾ 'ਚ ਹੈ। ਚਲੋ ਮੁੱਦੇ 'ਤੇ ਆਉਂਦੇ ਹਾਂ। ਪਰਮੀਤ ਬਾਈ, ਤੁਹਾਡੇ ਤੋਂ ਜਾਣਨਾ ਚਾਹੂੰਗਾ, ਅੱਜ ਦਾ ਨੌਜਵਾਨ ਜਿਹੜਾ ਉਹ ਬਾਹਰ ਜਾਣ ਵਾਸਤੇ, ਮੈਂ ਕਹਿੰਦਾ ਕੋਈ ਹੱਦ ਨਹੀਂ ਇੱਦਾਂ ਦੀ ਵੀ ਜਿਹੜੀ ਨਹੀਂ ਟੱਪਦਾ, ਉਹ ਕਹਿੰਦਾ ਵੀ ਕਿਸੇ ਵੀ ਤਰੀਕੇ ਮੈਨੂੰ ਬਸ ਬਾਹਰ ਭੇਜ ਦਿਓ। ਅਤੇ ਤੁਸੀਂ ਤਾਂ ਚੰਗੇ ਭਲੇ ਬਾਹਰ ਗਏ ਹੋਏ ਸੀ, ਉਹ ਵੀ ਕੈਨੇਡਾ, ਜਿਹੜੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਪੰਜਾਬੀਆਂ ਦੀ, ਹੈ ਨਾ, ਵਿਦੇਸ਼ ਦੀ ਧਰਤੀ, ਉਹ ਧਰਤੀ 'ਤੇ ਤੁਸੀਂ 5 ਸਾਲ ਲਾ ਕੇ ਮੁੜ ਕੇ ਪੰਜਾਬ ਆ ਗਏ। ਦਿਮਾਗ ਠੀਕ ਆ ਬਾਈ, ਕੀ ਚੱਕਰ ਪੈ ਗਿਆ? ਨਹੀਂ, ਦਿਮਾਗ ਉੱਥੇ ਜਾ ਕੇ ਠੀਕ ਹੋਇਆ ਦਰਅਸਲ ਦੇ ਵਿੱਚ, ਅਤੇ ਸਭ ਠੀਕ ਸੀਗਾ। ਮੈਂ 18 ਦੇ ਵਿੱਚ ਗਿਆ ਸੀਗਾ ਕੈਨੇਡਾ,
ਤੇ ਉੱਥੋਂ ਮੈਂ ਪਹਿਲਾਂ ਆਇਲਸ ਦਾ ਐਗਜ਼ਾਮ ਦਿੱਤਾ ਸੀਗਾ, ਮੇਰੇ 7 ਬੈਣ ਆ ਗਏ ਸੀਗੇ। ਅੱਛਾ। ਤੇ 18 ਸਪਤੰਬਰ ਦੇ ਵਿੱਚ ਫਿਰ ਮੈਂ ਕੈਨੇਡਾ ਚਲਾ ਗਿਆ। 2018 'ਚ ਤੁਸੀਂ ਗਏ? ਹਾਂਜੀ ਹਾਂਜੀ, ਮੇਰਾ ਕੋਈ ਕਾਰਨ ਕੋਈ ਸਪੈਸੀਫਿਕ ਨਹੀਂ ਸੀਗੇ, ਪਰ ਇਹ ਸੀਗਾ ਕਿ ਇੱਥੇ ਜਿਵੇਂ ਮੈਂ ਬੀਕੌਮ ਕੀਤੀ ਸੀਗੀ DAV 10 ਸੈਕਟਰ ਦੇ ਵਿੱਚ, ਉਸ ਤੋਂ ਬਾਅਦ ਮੈਨੂੰ ਕੋਈ ਇੱਥੇ ਫਿਊਚਰ ਨਹੀਂ ਦੇਖ ਰਿਹਾ, ਕੋਈ ਜੋਬ ਵੀ ਸੀ ਕੋਈ ਜ਼ਿਆਦਾ, ਬਹੁਤ ਜ਼ਿਆਦਾ ਪੇ ਨਹੀਂ ਮਿਲ ਰਹੀ ਮੈਨੂੰ ਇੱਥੇ, ਅਤੇ ਸਾਰੇ ਲੋਕ ਬਾਹਰ ਜਾ ਰਹੇ ਸੀਗੇ, ਅਤੇ ਮੇਰਾ ਵੀ ਫਿਰ ਲੱਗਾ ਕਿ ਬਾਹਰ ਜਾਣਾ ਹੀ ਠੀਕ ਰਹੇਗਾ, ਅਤੇ ਮੇਰਾ ਇੱਕ ਫਿਲਮ ਪ੍ਰੋਡਕਸ਼ਨ ਵੱਲ ਵੀ ਥੋੜ੍ਹਾ ਧਿਆਨ ਸੀਗਾ। 18 ਦੇ ਵਿੱਚ ਫਿਰ ਮੈਂ ਆਇਲਸ ਐਗਜ਼ਾਮ ਦਿੱਤਾ, ਅਤੇ ਉਸ ਤੋਂ ਬਾਅਦ ਮੈਂ ਆਪ ਹੀ ਆਪਣਾ ਵੀਜ਼ਾ ਵਗੈਰਾ ਅਪਲਾਈ ਕੀਤਾ, ਕੋਈ ਏਜੰਟ ਆਪ ਹੀ ਕਰ ਲਿਆ, ਮਤਲਬ ਕੋਈ ਏਜੰਟ ਨਹੀਂ ਪਾਇਆ? ਹਾਂਜੀ ਹਾਂਜੀ, ਕਿਉਂਕਿ ਮੈਂ ਦੇਖਿਆ ਜੋ ਵੈਬਸਾਈਟ ਉੱਥੇ ਮੈਂ ਗਿਆ ਅਤੇ ਉਹ ਬੜੇ ਬੇਸਿਕ ਜਿਹੇ ਡਾਕੂਮੈਂਟ ਸੀਗੇ ਜਿਨ੍ਹਾਂ ਨੂੰ ਅਪਲੋਡ ਕਰੀਦਾ ਆ, ਅਤੇ ਇੱਕ ਲੈਟਰ ਆਫ ਐਕਸਪਲੇਨੇਸ਼ਨ ਹੁੰਦੀ, ਉਹਨੂੰ ਮਾੜਾ ਲਿਖਣਾ ਹੁੰਦਾ ਆ, ਅਤੇ ਇਹੀ ਏਜੰਟ ਇਹੀ ਸੀ ਗੱਲ ਤਾਂ ਚਲੀ ਚਲੀ 50-50 ਹਜ਼ਾਰ ਰੁਪਇਆ ਲੈ ਲੈਂਦੇ ਨੇ, ਅਤੇ ਮੈਂ ਆਪ ਹੀ ਅਪਲੋਡ ਕੀਤਾ, ਅਤੇ ਪਹਿਲਾਂ ਮੈਂ ਐਪਲੀਕੇਸ਼ਨ ਵੀ ਅਪਲਾਈ ਉੱਥੇ ਟੋਰਾਂਟੋ ਫਿਲਮ ਸਕੂਲ ਦੇ ਵਿੱਚ, ਅਤੇ ਉੱਧਰੋਂ ਮੈਨੂੰ ਜਵਾਬ ਆ ਗਿਆ, ਅਤੇ ਫਿਰ ਮੈਂ ਆਪ ਹੀ ਅਪਲਾਈ ਕੀਤਾ, ਮੇਰਾ ਵੀਜ਼ਾ ਲੱਗ ਗਿਆ, ਅਤੇ ਮੈਂ ਸਟੱਡੀ ਵੀਜ਼ਾ ਤੇ ਗਿਆ ਸੀ ਤੁਸੀਂ? ਹਾਂਜੀ ਹਾਂਜੀ, ਮੈਂ ਸਟੱਡੀ ਵੀਜ਼ਾ ਤੇ ਗਿਆ ਸੀਗਾ, ਅਤੇ ਉੱਥੇ ਫਿਰ ਮੈਂ ਸ਼ੁਰੂ ਦੇ ਵਿੱਚ 2-3 ਮਹੀਨੇ ਆਪਣੀ ਸਿਸਟਰ ਕੋਲ ਰਿਹਾ ਵਾਂ, ਅਤੇ ਕਾਲਜ 18 ਕੁ ਮਹੀਨੇ ਦਾ ਸੀਗਾ ਕੋਰਸ, ਅਤੇ 2 ਸਾਲ ਫਿਰ ਮੈਂ ਟੋਰਾਂਟੋ ਰੁਕਿਆ ਵਾਂ। ਚਲੋ ਇਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਹਾਂਜੀ, ਪਹਿਲੇ ਮੈਨੂੰ ਇਹ ਦੱਸੋ ਵੀ ਕਾਰਨ ਕੀ ਬਣੇ ਵਾਪਸ ਆਉਣ ਦੇ, ਕਾਰਨ ਕੀ ਸੀਗੇ? ਤੁਸੀਂ 18 'ਚ ਗਏ ਆ, ਹੈ ਨਾ, ਹੁਣ 24 ਚੱਲ ਰਿਹਾ। ਹਾਂਜੀ, ਅਤੇ ਤੁਸੀਂ ਮਤਲਬ ਇੰਨੇ ਸਾਲ ਉੱਥੇ ਲਾ ਕੇ ਉਹ ਕਾਰਨ ਕੀ ਬਣੇ ਵੀ ਤੁਸੀਂ ਵਾਪਸ ਆ ਗਏ? ਕਿਉਂਕਿ ਹੁਣ ਤੱਕ ਤਾਂ ਮੈਨੂੰ ਲੱਗਦਾ ਜੇ ਤੁਸੀਂ ਤਕਰੀਬਨ 5 ਸਾਲ ਲਾਇਆ ਤਾਂ ਫਿਰ ਤਾਂ ਬੜੀ ਵਧੀਆ ਸੈਟਿੰਗ ਆ ਜਾਣੀ ਚਾਹੀਦੀ ਸੀ ਬਾਹਰ। ਹਾਂਜੀ, ਕਾਰਨ ਤਾਂ ਕਾਫੀ ਸਾਰੇ ਸੀਗੇ, ਹਾਲੇ ਵੀ ਮੈਂ ਹਾਲੇ ਮੈਨੂੰ ਨਵੇਂ ਨਵੇਂ ਮਿਲ ਰਹੇ, ਜਦੋਂ ਮੈਂ ਇੱਥੇ ਆ ਕੇ ਪਤਾ ਲੱਗਾ ਮੈਂ ਅੱਛਾ ਹਾਂ ਇਹ ਵੀ ਕਾਰਨ ਹੈ, ਇਹ ਵੀ ਕਾਰਨ ਹੈ। ਅਤੇ ਜਿਹੜੇ ਮੇਜਰ ਕਾਰਨ ਸੀਗੇ, ਇਕਨੋਮੀਕਲ ਸੀਗਾ, ਜੀਓਗ੍ਰਾਫੀਕਲ ਕਾਰਨ ਹੋ ਗਿਆ, ਅਤੇ ਸਪਿਰਚੁਅਲ ਕਾਰਨ ਹੋ ਗਿਆ, ਕਲਚਰਲੀ, ਅਤੇ ਇਹੋ ਜਿਹੀ ਚੀਜ਼ਾਂ ਸੀਗੀਆਂ ਜਿਹੜੇ ਮੋਟੇ ਮੋਟੇ ਕਾਰਨ ਸੀਗੇ ਜਿਹਦੇ ਕਰਕੇ ਮੈਂ ਵਾਪਸ ਆਇਆ ਵਾਂ। ਉੱਥੇ ਜਾਣ ਤੋਂ ਸ਼ੁਰੂ 'ਚ ਤਾਂ ਕਾਫੀ ਠੀਕ ਸੀਗਾ, ਮਤਲਬ ਮੈਂ 2 ਕੁ ਸਾਲ ਤੱਕ ਤਾਂ ਠੀਕ ਰਿਹਾ ਵਾਂ, ਪਰ 2-2.5 ਸਾਲ ਤੋਂ ਬਾਅਦ ਮੈਨੂੰ ਫਿਰ ਹੌਲੀ ਹੌਲੀ ਰਿਅਲਾਈਜੇਸ਼ਨ ਹੋਣੀ ਸ਼ੁਰੂ ਹੋ ਗਈ ਕਿ ਨਹੀਂ, ਇੱਥੇ ਉਹ ਚੀਜ਼ ਨਹੀਂ ਹੈ ਜੋ ਆਪਾਂ ਨੂੰ ਦੇਖਣ 'ਚ ਮਿਲਦਾ ਆ, ਅਤੇ ਇਸ ਕਰਕੇ ਫਿਰ ਮੈਂ 2-2.5 ਸਾਲ ਮੈਨੂੰ ਹੋਰ ਲੱਗ ਗਿਆ ਆਪਣਾ ਡਿਸੀਜ਼ਨ ਬਣਾਉਂਦੇ ਹੋਏ, ਪੱਕਾ ਕਰਦੇ ਹੋਏ ਕਿ ਮੈਂ ਕੁਝ ਗਲਤ ਨਹੀਂ ਕਰ ਰਿਹਾ ਨਾ, ਕਾਫੀ ਚੀਜ਼ਾਂ ਮੈਂ ਨੋਟਿਸ ਕੀਤੀਆਂ। ਅੱਛਾ ਪਰਮਿਤ ਭਾਈ, ਜਦੋਂ ਤੁਸੀਂ ਗਏ ਸੀਗੇ ਉਦੋਂ ਤੁਹਾਡੀ ਏਜ ਕਿੰਨੀ ਸੀ? ਮੈਂ ਜਦੋਂ ਗਿਆ ਸੀ ਮੇਰੀ 23 ਸਾਲ ਸੀਗੀ, ਅਤੇ 5 ਸਾਲ ਲਾ ਕੇ ਮਤਲਬ ਉੱਦਾਂ ਦੀ ਏਜ ਹੋ ਗਈ ਸੀ ਤੁਹਾਡੀ ਵੀ, ਨਾ ਤਾਂ ਘਰਦਿਆਂ ਤੋਂ ਪੈਸੇ ਮੰਗਣ ਨੂੰ ਦਿਲ ਕਰਦਾ ਸੀ। ਹਾਂਜੀ, ਅਤੇ ਫਿਊਚਰ ਵੀ ਤੁਹਾਡਾ ਇੱਥੇ ਮੈਨੂੰ ਲੱਗਦਾ ਵੀ ਤੁਸੀਂ ਸੋਚਿਆ ਵੀ ਸਿਕਿਓਰ ਨਹੀਂ ਹੈਗਾ ਜਾਂ ਬਣ ਨਹੀਂ ਰਿਹਾ ਕੁਛ, ਤਾਂ ਕਰਕੇ ਬਾਹਰ ਗਏ। ਹਾਂਜੀ, ਮਤਲਬ ਇੱਥੇ ਉਹੀ ਸੀਗਾ ਕਿ ਬੀਕੌਮ ਕਰਨ ਤੋਂ ਬਾਅਦ ਕੋਈ ਪੈਸਾ ਕੋਈ ਜ਼ਿਆਦਾ ਮਿਲਦਾ ਨਹੀਂ ਹੈ ਇੱਥੇ, ਸਾਰੇ ਕੈਨੇਡਾ ਜਾਂਦੇ, ਉੱਥੇ ਘੱਟੋ ਘੱਟ ਮਿਨੀਮਮ ਵੇਜ ਰੇਟ 'ਤੇ ਸੀਗਾ, ਅਤੇ ਚੀਜ਼ਾਂ ਦਾ ਇੰਨੀ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਇੱਥੇ, ਅਤੇ ਵੀ ਕਿੱਧਰਲੇ ਪਾਸੇ ਨੂੰ ਜਾਣਾ ਚਾਹੀਦਾ, ਕੋਈ ਡਾਇਰੈਕਸ਼ਨ ਦੇਣ ਨੂੰ ਨਹੀਂ ਸੀਗਾ। ਅਤੇ ਮੇਰਾ ਜਿਵੇਂ ਫਿਲਮ ਪ੍ਰੋਡਕਸ਼ਨ ਵੱਲ ਧਿਆਨ ਸੀਗਾ, ਤਾਂ ਮੈਂ ਸੋਚਿਆ ਕਿਉਂ ਨਾ ਆਪਾਂ ਕੈਨੇਡਾ ਜਾ ਕੇ ਹੀ ਉਸ ਚੀਜ਼ ਵੱਲ ਕੀਤਾ ਜਾਵੇ, ਪਰ ਉੱਥੇ ਜਦੋਂ ਮੈਂ ਗਿਆ ਅਤੇ ਉਸ ਚੀਜ਼ਾਂ ਠੀਕ ਨਹੀਂ ਰਹੀਆਂ ਮੇਰੇ ਲਈ, ਕਾਫੀ ਚੀਜ਼ਾਂ ਬਦਲ ਗਈਆਂ, ਅਤੇ ਹੌਲੀ ਹੌਲੀ ਫਿਰ ਮੈਨੂੰ ਰਿਅਲਾਈਜ਼ ਹੋਇਆ ਅਤੇ ਫਿਰ ਮੈਂ ਡਿਸੀਜ਼ਨ ਬਣਾ ਕੇ ਵਤਨ ਵਾਪਸੀ ਕਰ ਲਈ। ਅੱਛਾ, ਜਦੋਂ ਤੁਸੀਂ ਗਏ ਆ, ਇਹ ਤੁਹਾਡਾ ਆਪਣਾ ਡਿਸੀਜ਼ਨ ਸੀ, ਤੁਹਾਡੀ ਜਿੱਦ ਸੀਗੀ, ਘਰ ਦੇ ਸਪੋਰਟ ਕਰ ਰਹੇ ਸੀ ਵੀ ਚੱਲ ਜੇ ਤੂੰ ਜਾਣਾ ਚਾਹੁੰਦਾ ਚੱਲ ਜਾ, ਜਾਂ ਦੂਜਿਆਂ ਨੂੰ ਦੇਖ ਕੇ ਤੁਹਾਨੂੰ ਲੱਗਿਆ ਵੀ ਯਾਰ ਮੈਂ ਵੀ ਬਾਹਰ ਚੱਲ ਜਾਂਦਾ? ਨਹੀਂ, ਮੇਰੀ ਜਿੱਦ ਦੇ ਨਹੀਂ ਸੀਗੀ, ਪਰ ਘਰਦੇ ਤਾਂ ਸਪੋਰਟ ਕਰ ਹੀ ਰਹੇ, ਦਰਅਸਲ ਉਹਨਾਂ ਦੇ ਆਈਡੀਆ ਸੀਗਾ ਕਿ ਮੈਨੂੰ ਬਾਹਰ ਜਾਣਾ ਚਾਹੀਦਾ ਆ, ਅਤੇ ਮੈਨੂੰ ਵੀ ਲੱਗਿਆ ਕਿ ਹਾਂ ਚਲੋ ਠੀਕ ਹੈ, ਉੱਥੇ ਪੈਸਾ ਪੂਸਾ ਸੋਹਣਾ ਬਣ ਜਾਏਗਾ, ਫਿਊਚਰ ਥੋੜ੍ਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਵੀ ਹਾਂ ਕੋਈ ਗੱਲ ਨਹੀਂ, ਹੋਰ ਵੀ ਕਾਫੀ ਲੋਕ ਗਏ, ਫੈਮਿਲੀ ਵੀ ਮੇਰੀ ਕਾਫੀ ਉੱਥੇ ਸੀਗੀ। ਪਰ ਜਿਹੜੇ ਸਨ 'ਚ ਤੁਸੀਂ ਗਏ ਆ ਉਦੋਂ ਹਜੇ ਦੌਰ ਮੈਨੂੰ ਲੱਗਦਾ ਘੱਟ ਸੀਗਾ ਬਾਹਰ ਜਾਣ ਦਾ,
ਤਕਰੀਬਨ ਤੁਸੀਂ ਦੱਸਿਆ ਵੀ 18 'ਚ ਮੈਂ ਗਿਆ, 2018 'ਚ ਉਦੋਂ ਮੈਂ ਦੇਖਦਾ ਵੀ ਕਾਲਜਾਂ ਦੇ ਵਿੱਚ ਬੱਚੇ ਸੀਗੇ, ਪਰ ਅੱਜ ਕੱਲ੍ਹ ਜੇ ਆਪਾਂ ਕਾਲਜਾਂ 'ਚ ਨਿਗਾਹ ਮਾਰੀਏ ਬੱਚੇ ਨਹੀਂ ਦਿਸਦੇ। ਆਈਲੈਟ ਸੈਂਟਰਾਂ 'ਚ ਬੜਾ ਗਾਹ ਪਿਆ ਹੁੰਦਾ, ਉੱਥੇ ਬੜੇ ਬੱਚੇ ਬੈਠੇ ਹੁੰਦੇ। ਹਾਂਜੀ ਹਾਂਜੀ ਹਾਂਜੀ, ਉਦੋਂ ਇੰਨਾ ਨਹੀਂ ਸੀਗਾ ਜਿਵੇਂ 16 ਤੋਂ ਬਾਅਦ ਥੋੜ੍ਹਾ ਥੋੜ੍ਹਾ ਜਿਵੇਂ ਨਾ ਵਧਣੀ ਉਸ ਚੀਜ਼ ਸ਼ੁਰੂ ਹੋ ਗਈ। ਪਹਿਲਾਂ ਵੀ ਸੀਗਾ, ਪਹਿਲਾਂ ਮਤਲਬ ਆਪਾਂ ਮਾਝੇ ਵਾਲੇ ਪਾਸੇ, ਮੈਂ ਮਾਝੇ ਤੋਂ ਹਾਂ, ਅਤੇ ਉਸ ਪਾਸੇ ਇੰਨਾ ਸੀਗਾ ਨਹੀਂ, ਪਰ ਹੁਣ ਇੱਕਦਮ ਹੀ ਜ਼ਿਆਦਾ ਹੀ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ। ਅਤੇ ਉਦੋਂ ਫਿਰ 18 ਦੇ ਵਿੱਚ ਮੈਂ ਗਿਆ, ਮੇਰੇ ਕਾਫੀ ਦੋਸਤ ਵੀ ਗਏ, ਫਿਰ ਹੌਲੀ ਹੌਲੀ ਪਹਿਲਾਂ ਵੀ ਸੀਗੇ, ਹੌਲੀ ਹੌਲੀ ਉਸ ਤੋਂ ਬਾਅਦ ਵੀ ਆਏ। ਮੇਰੀ ਇੱਕ ਸਿਸਟਰ ਵੀ ਸੀਗੀ, ਇੱਕ ਹੋਰ ਸਿਸਟਰ ਹੈ ਜਿਹੜੀ ਮੇਰੇ ਜਾਣ ਤੋਂ ਬਾਅਦ ਉੱਥੇ ਆਈ ਹੈ, ਹੋਰ ਵੀ ਫੈਮਿਲੀ ਸੀਗੀ। ਅੱਛਾ, ਜਦੋਂ ਤੁਸੀਂ ਇੱਥੋਂ ਗਏ ਹੈ ਨਾ, ਤੁਹਾਡੇ ਮਨ ਦੇ ਵਿੱਚ ਕੁਝ ਸਵਾਲ ਤਾਂ ਹੋਣੇ ਆ ਵੀ ਮੈਂ ਹੁਣ ਇੱਕਦਮ ਬਾਹਰ ਚੱਲਿਆ ਜਾਂ ਪੇਰੈਂਟਸ ਤੋਂ ਦੂਰ ਰਹਿਣ ਚੱਲਿਆ ਮੈਂ, ਹੈ ਨਾ, ਆਪਣੇ ਦੇਸ਼ ਤੋਂ ਆਪਣੇ ਵਤਨ ਤੋਂ ਦੂਰ ਰਹਿਣ ਚੱਲਿਆ, ਆਪਣੇ ਕਲਚਰ ਤੋਂ ਦੂਰ ਹੋਣ ਚੱਲਿਆ, ਖਾਸ ਤੌਰ 'ਤੇ ਪੰਜਾਬ ਨੂੰ ਛੱਡ ਕੇ ਚੱਲਿਆ, ਹੈ ਨਾ, ਜਿੱਥੇ ਆਪਾਂ ਮਤਲਬ ਬਚਪਨ ਬਿਤਾਇਆ, ਹੈ ਨਾ, ਵੀ ਮਤਲਬ ਤੁਹਾਡੇ ਮਨ 'ਚ ਇਹ ਸਵਾਲ ਤਾਂ ਆਏ ਹੋਣੇ ਆ ਵੀ ਯਾਰ ਪਤਾ ਨਹੀਂ ਮੈਂ ਰਹਿ ਪਾਊਂਗਾ ਉੱਥੇ, ਇੱਦਾਂ ਦੇ ਸਵਾਲ ਵੀ ਦਿਮਾਗ 'ਚ ਆਉਂਦੇ ਆ? ਸਵਾਲ ਅੰਦਰ ਤਾਂ ਸੀਗੇ ਪਰ ਬਹੁਤ ਛੋਟੇ ਹੋ ਗਏ ਸੀਗੇ, ਜਿਹਦੇ ਐਕਸਾਈਟਮੈਂਟ ਹੀ ਇੰਨੀ ਜ਼ਿਆਦਾ ਵੱਧ ਗਈ ਸੀ ਉੱਥੇ ਜਾਣ ਦੀ, ਬਾਹਰ ਜਾਣ ਦੀ ਖੁਸ਼ੀ, ਖੁਸ਼ੀ ਅਤੇ ਐਕਸਾਈਟਮੈਂਟ ਕਿ ਨਵੇਂ ਕਲਚਰ ਦੇਖਣਾ, ਨਵੇਂ ਲੋਕਾਂ ਨੂੰ ਮਿਲਣਾ। ਤੁਹਾਨੂੰ ਇਹ ਵੀ ਸੀਗਾ ਵੀ ਕਿਤੇ ਮੈਂ ਬਾਹਰ ਜਾ ਕੇ ਆਜ਼ਾਦ ਹੋ ਜਾਊਂਗਾ ਪ੍ਰੋਪਰ ਇੱਥੇ? ਥੋੜ੍ਹਾ ਜਿਹਾ ਇਸ ਚੀਜ਼ ਦਾ ਵੀ ਹੁੰਦਾ ਹੀ ਆ, ਕਿਉਂਕਿ ਆਪਣੀ ਫੈਮਿਲੀ ਆਪਣਾ ਕਲਚਰ ਥੋੜ੍ਹਾ ਉੱਦਾਂ ਦਾ ਹੈ ਕਿ ਬੱਚਿਆਂ ਨੂੰ ਥੋੜ੍ਹਾ ਰੋਕ ਕੇ ਰੱਖਦੇ ਨੇ, ਮਤਲਬ ਥੋੜ੍ਹਾ ਐਕਸਪੋਜ਼ ਘੱਟ ਹੋਣ ਦਿੰਦੇ ਨੇ ਵੀ ਤੂੰ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਵਗੈਰਾ ਵਗੈਰਾ। ਅਤੇ ਇਹ ਇਸ ਮਾਮਲੇ 'ਚ ਮੈਨੂੰ ਬਾਹਰ ਦਾ ਕਲਚਰ ਥੋੜ੍ਹਾ ਠੀਕ ਲੱਗਦਾ, ਉਹ ਆਪਣੇ ਬੱਚਿਆਂ ਨੂੰ ਕਾਫੀ ਛੇਤੀ ਆਜ਼ਾਦ ਕਰ ਦਿੰਦੇ ਨੇ, 18 ਸਾਲ ਤੋਂ ਬਾਅਦ ਹੀ ਕਰ ਦਿੰਦੇ ਨੇ। ਅਤੇ ਜੋਬ ਵਗੈਰਾ ਦਾ ਵੀ ਦੇਖ ਲਓ, ਮੈਂ ਇੱਥੇ ਕੋਈ ਕੰਮ ਨਹੀਂ ਕੀਤਾ, ਮੈਂ 23 ਸਾਲ ਦਾ ਹੋ ਗਿਆ ਸੀਗਾ, ਪਰ ਪੜ੍ਹਾਈ ਵੱਲ ਹੀ ਧਿਆਨ ਸੀਗਾ ਜ਼ਿਆਦਾ। ਅੱਛਾ, ਜਦੋਂ ਤੁਸੀਂ ਬਾਹਰ ਗਏ ਆ, ਇੱਥੇ ਕੰਮ ਹੀ ਨਹੀਂ ਕੀਤਾ ਪਹਿਲੇ ਕਦੀ? ਨਹੀਂ, ਮੈਂ ਇੱਥੇ ਕਦੀ ਕੰਮ ਨਹੀਂ। ਤੁਸੀਂ ਫਰੈਸ਼ਰ ਸੀ ਜਦੋਂ ਬਾਹਰ ਜਾਣਾ ਸੀ? ਹਾਂਜੀ, ਅਤੇ ਮੈਂ ਪਹਿਲੀ ਵਾਰੀ ਉੱਥੇ ਜਾ ਕੇ ਕੰਮ ਕੀਤਾ ਆ। ਅਤੇ ਇਹ ਚੀਜ਼ ਉਹਨਾਂ ਦਾ ਕਲਚਰ ਕਾਫੀ ਠੀਕ ਲੱਗਦਾ। ਇਹ ਚੀਜ਼ ਮੈਨੂੰ ਲੱਗਦਾ ਬਹੁਤ ਬੱਚਿਆਂ ਦੀ ਚੀਜ਼ ਹੋਣੀ ਆ ਜਿਹੜੇ ਬਾਹਰ ਜਾਂਦੇ ਆ, ਵੀ ਇੱਥੇ ਬਿਲਕੁਲ ਫਰੈਸ਼ਰ ਆ ਅਤੇ ਬਾਹਰ ਜਾ ਕੇ ਕੰਮ ਕਰਦੇ। ਪਰ ਮੈਨੂੰ ਲੱਗਦਾ ਜਿਹੜਾ ਬੱਚਾ ਇੱਥੇ ਕੰਮ ਨਹੀਂ ਨਾ ਕਰ ਸਕਿਆ, ਉਹ ਬਾਹਰ ਜਾ ਕੇ ਮੈਨੂੰ ਨਹੀਂ ਲੱਗਦਾ ਫਿਰ ਉਹ ਫੇਸ ਕਰ ਸਕੂਗਾ ਇੰਨਾ, ਕਿਉਂਕਿ ਉੱਥੇ ਤਾਂ ਜਿਹੜਾ ਕਮਾਊਗਾ ਉਹੀ ਖਾ ਲੂਗਾ, ਘਰ ਵੀ ਪੈਸੇ ਭੇਜਣੇ ਆ। ਹਾਂਜੀ, ਅਤੇ ਉਹ ਜਿਹੜਾ ਫਰੈਸ਼ਰ ਬੱਚਾ, ਹੁਣ ਤੁਸੀਂ ਬਿਲਕੁਲ ਫਰੈਸ਼ਰ ਸੀਗੇ, ਫਿਰ ਬਾਹਰ ਜਾ ਕੇ ਬੜੀਆਂ ਦਿੱਕਤਾਂ ਆਈਆਂ ਹੋਣੀਆਂ, ਕੰਮ ਕਰਨ 'ਚ ਵੀ ਦਿੱਕਤ ਆਈ ਹੋਣੀ? ਹਾਂ, ਸ਼ੁਰੂ ਆਈ ਸੀਗੀ, ਕਾਫੀ ਆਈ ਸੀਗੀ, ਕਿਉਂਕਿ ਉੱਥੇ ਤੁਹਾਨੂੰ 8 ਨਹੀਂ ਘੱਟੋ ਘੱਟ 12 ਤੋਂ 16 ਘੰਟੇ ਸ਼ੁਰੂ 'ਚ ਤਾਂ 2 ਸਾਲ ਦਾ ਕੰਮ ਕਰਨਾ ਹੀ ਪੈਣਾ ਵਾ, ਪਰ ਹੁਣ ਤਾਂ ਇਹ ਹਿਸਾਬ ਹੋ ਗਿਆ ਕਿ 12-14 ਘੰਟੇ ਤੁਹਾਨੂੰ ਕੰਮ ਕਰਨਾ ਹੀ ਪਏਗਾ। ਕਿ ਤੁਸੀਂ $20 ਤੋਂ ਘੱਟ ਘੰਟੇ ਦੇ ਕਮਾਉਂਦੇ ਹੋ ਤਾਂ ਤੁਹਾਨੂੰ ਇੰਨਾ ਕੰਮ ਕਰਨਾ ਹੀ ਪਏਗਾ, ਤਾਂ ਹੀ ਤੁਹਾਡਾ ਘਰ ਦੀ ਮੌਡਗੇਜ ਉਤਰੇਗੀ, ਜਾਂ ਜਿੱਥੇ ਤੁਸੀਂ ਰੈਂਟ 'ਚ ਰਹਿੰਦੇ ਹੋ ਉਹਦਾ ਨਿਕਲੇਗਾ, ਤਾਂ ਤੁਹਾਡੇ ਘਰ ਦੇ ਖਰਚੇ ਨਿਕਲਣਗੇ। ਹੁਣ ਮੌਡਗੇਜ ਦੀ ਗੱਲ ਕਰ ਲਓ, ਤੁਸੀਂ ਪਿਛਲੇ 2-3 ਸਾਲਾਂ ਵਿੱਚ ਰੇਟ ਇੰਨਾ ਕੁ ਵੱਧ ਗਿਆ ਹੈ, ਇੰਟਰਸਟ ਰੇਟ ਹੈ, ਕਿ ਜਿਹੜੀ 2500 ਦੀ ਕਿਸ਼ਤ ਉਹ ਸਿੱਧਾ 4500 ਤੱਕ ਪਹੁੰਚ ਚੁੱਕੀ ਹੈ। ਅਤੇ ਉਹ ਹੀ ਉਹਨਾਂ ਨੇ ਰੈਂਟ ਵਧਾ ਦਿੱਤੇ ਨੇ, ਖਰਚੇ ਬਹੁਤ ਜ਼ਿਆਦਾ ਵੱਧ ਗਏ ਨੇ ਪੈਂਡੈਮਿਕ ਤੋਂ ਬਾਅਦ, ਤਾਂ ਮਤਲਬ ਬਹੁਤ ਜ਼ਿਆਦਾ ਬੁਰੀ ਹਾਲਤ ਹੋ ਗਈ ਹੈ ਨਾ। ਅਤੇ ਉੱਥੋਂ ਦਾ ਕੀ ਕਹਿੰਦੇ ਆ ਮੈਡੀਕਲ ਸਿਸਟਮ ਜਿਹਨੂੰ ਕਹਿੰਦੇ ਆ, ਉਹਦੀ ਵੀ ਰੀੜ੍ਹ ਦੀ ਹੱਡੀ ਟੁੱਟੀ ਹੋਈ ਆ। ਮੇਰੀ ਸਿਸਟਰ ਹੀ ਸੀਗੇ ਅਤੇ ਉਹਨਾਂ ਦੇ ਕੰਮ ਕਰਦੇ ਕਰਦੇ ਨਾ ਇੱਥੇ ਹੱਥ ਦੇ ਵਿੱਚ ਕੱਟ ਲੱਗ ਗਿਆ ਸੀਗਾ, ਅਤੇ ਕੁਛ ਕੱਟ ਰਹੇ ਸੀਗੇ ਅਤੇ ਉਹਨਾਂ ਦਾ ਇੱਥੇ ਕੱਟ ਲੱਗ ਗਿਆ, ਅਤੇ ਖੱਡੀ ਤੱਕ ਉਹਨਾਂ ਦਾ ਨਾ ਮਤਲਬ ਕੱਟ ਪੈ ਗਿਆ ਸੀਗਾ। ਅਤੇ ਅਸੀਂ ਉਹਨਾਂ ਨੂੰ ਲੈ ਕੇ ਗਏ ਹੋਸਪਿਟਲ ਦੇ ਵਿੱਚ, ਉੱਥੇ ਲੱਗ ਗਈ ਹੈਗਾ ਵਾਟਰਲੂ ਦੇ ਵਿੱਚ, ਕਿਚਨਰ ਵਾਟਰਲੂ ਕੈਂਬਰਿਜ, ਇੱਕ ਟ੍ਰਾਈ ਸਿਟੀ ਟਾਈਪ ਦੀ ਜਗ੍ਹਾ ਵਾ, ਉੱਥੇ ਘੰਟਾ ਕੁ ਦੂਰ ਆ ਬਰੈਂਪਟਨ ਤੋਂ, ਉੱਥੇ ਵੀ ਮੈਂ 2 ਸਾਲ ਰਿਹਾ। ਅਤੇ ਉੱਥੇ ਜਦੋਂ ਅਸੀਂ ਗਏ ਹਾਂ ਅਤੇ ਉਹਨਾਂ ਨੇ ਦੇਖਿਆ ਵਾ ਕੱਟ ਵਗੈਰਾ, ਅਤੇ ਉਹਨਾਂ ਨੇ ਵੇਟ ਕਰਨ ਨੂੰ ਕਿਹਾ, ਅਤੇ ਅਸੀਂ 6-7 ਘੰਟੇ ਉੱਥੇ ਵੇਟ ਕੀਤੀ ਹੈ। ਉਹਨਾਂ ਨੇ ਮਾੜੀ ਜਿਹੀ ਪੱਟੀ ਬੰਨਤੀ ਹੈ,
ਤੇ ਫਿਰ 6-7 ਘੰਟੇ ਬਾਅਦ ਡਾਕਟਰ ਆ ਕੇ ਉਹਨਾਂ ਨੂੰ ਟ੍ਰੀਟ ਕੀਤਾ। ਪਰ ਸੁਣਨ 'ਚ ਤਾਂ ਇਹ ਆਉਂਦਾ ਵੀ ਬਾਹਰ ਬੜਾ ਵਧੀਆ ਮੈਡੀਕਲ ਸਿਸਟਮ ਆ। ਨਹੀਂ, ਉੱਥੇ ਡਾਕਟਰਾਂ ਦੀ ਬਹੁਤ ਕਮੀ ਆ, ਮਤਲਬ ਸਿਸਟਮ ਇੱਦਾਂ ਠੀਕ ਹੈ ਪਰ ਉੱਥੇ ਡਾਕਟਰ ਵੀ ਝਿਜਕ ਜੇ ਕੰਮ ਕਰਦੇ ਨੇ ਮਤਲਬ, ਅਤੇ ਇਹਨਾਂ ਡਾਕਟਰਾਂ ਦੀ ਵੀ ਬਹੁਤ ਜ਼ਿਆਦਾ ਕਮੀ ਹੈ, ਅਤੇ ਮੈਡੀਕਲ ਸਿਸਟਮ ਕੁਛ ਜ਼ਿਆਦਾ ਵਧੀਆ ਨਹੀਂ ਹੈ ਜਿੰਨਾ ਆਪਣਾ ਮਤਲਬ ਇੱਥੇ ਤਾਂ ਵਧੀਆ ਆ। ਹਾਂ, ਇੱਥੇ ਤਾਂ ਕਾਫੀ ਠੀਕ ਹੈ, ਕਾਫੀ ਬੈਟਰ ਹੈ। ਇਹ ਹੈ ਕਿ ਥੋੜ੍ਹੀਆਂ ਕਮੀਆਂ ਪੇਸ਼ੀਆਂ 'ਤੇ ਹੈਗੀਆਂ ਨੇ, ਜਿੱਦਾਂ 420 ਚੱਲਦੀ ਰਹਿੰਦੀ ਆ ਮਤਲਬ, ਥੋੜ੍ਹਾ ਬਹੁਤ ਕਈ ਡਾਕਟਰ ਤੁਹਾਨੂੰ ਪਤਾ ਹੀ ਆ ਵੀ ਆਪਣਾ ਹੀ ਫਾਇਦਾ ਥੋੜ੍ਹਾ ਦੇਖਦੇ ਨੇ, ਪਰ ਫਿਰ ਵੀ ਆਲ ਐਂਡ ਆਲ ਮੈਨੂੰ ਇੰਡੀਆ ਦਾ ਕਾਫੀ ਬੈਟਰ ਲੱਗਿਆ। ਆਪਣੇ ਕਾਫੀ ਸੋਹਣੇ ਹੋਸਪਿਟਲ, ਸੋਹਣਾ ਮੈਡੀਕਲ ਸਿਸਟਮ ਹੈ। ਹਾਂਜੀ। ਅੱਛਾ, ਜਦੋਂ ਪਰਮੀਤ ਭਾਈ ਤੁਸੀਂ ਇੱਥੋਂ ਗਏ ਹੈ ਨਾ, ਤੁਹਾਨੂੰ ਰਹਿਣ 'ਚ ਉੱਥੇ ਦਿੱਕਤ ਆਈ? ਮਤਲਬ ਜਿੱਦਾਂ ਹੁਣ ਆਪਾਂ ਅਕਸਰ ਸੁਣਦੇ ਹਾਂ ਵੀ ਬੱਚੇ ਇਕੱਠੇ ਇਕੱਠੇ ਕਿੰਨੇ ਕਿੰਨੇ ਬੇਸਮੈਂਟਾਂ 'ਚ ਰਹਿ ਰਹੇ ਆ ਉੱਥੇ, ਹੈ ਨਾ, ਰਹਿਣ ਨੂੰ ਬੜੀ ਦਿੱਕਤ ਆਉਂਦੀ ਆ, ਉਹਨਾਂ ਨੂੰ ਕੋਈ ਘਰੋਂ ਕੱਢ ਵੀ ਦਿੰਦੇ ਆ, ਪਤਾ ਨਹੀਂ ਕਦੋਂ ਕੱਢ ਦੇਣਾ, ਇੱਦਾਂ ਦੀਆਂ ਕੋਈ ਦਿੱਕਤ ਆਈਆਂ ਤੁਹਾਨੂੰ ਜਦੋਂ ਗਏ? ਨਹੀਂ, ਇਸ ਮਾਮਲੇ 'ਚ ਮੈਂ ਕਾਫੀ ਜ਼ਿਆਦਾ ਲੱਕੀ ਸੀਗਾ ਕਿਉਂਕਿ ਮੇਰੀ ਸਿਸਟਰ ਆਲਰੇਡੀ 6 ਮਹੀਨੇ ਪਹਿਲਾਂ ਮੇਰੇ ਤੋਂ ਜਾ ਚੁੱਕੀ ਸੀਗੀ। ਓਕੇ। ਅਤੇ ਉਹਨਾਂ ਦੇ ਨਾਲ ਮੈਂ ਰੁਕਿਆ ਵਾਂ 4-5 ਮਹੀਨੇ, ਅਤੇ ਉਹਨਾਂ ਨੇ ਮੈਨੂੰ ਕਾਫੀ ਹੈਲਪ ਕੀਤੀ ਆ, ਅਤੇ ਖਰਚਾ ਖੁਰਚਾ ਮੈਨੂੰ ਮਤਲਬ ਪਤਾ ਹੀ ਨਹੀਂ ਲੱਗਿਆ 4-5 ਮਹੀਨੇ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਰਹਿਣਾ ਸ਼ੁਰੂ ਕੀਤਾ ਆ। ਉਸ ਤੋਂ ਬਾਅਦ ਥੋੜ੍ਹਾ ਜਿਹਾ ਮੈਨੂੰ ਪ੍ਰੋਬਲਮਸ ਫੇਸ ਹੋਈਆਂ ਨੇ, ਅਤੇ ਇਸ ਮਾਮਲੇ 'ਚ ਮੇਰੀ ਫੈਮਿਲੀ ਵੀ ਥੋੜ੍ਹੀ ਬਹੁਤ ਉੱਥੇ ਸੀਗੀ, ਅਤੇ ਥੋੜ੍ਹੇ ਬਹੁਤ ਦੋਸਤ ਵੀ ਸੀਗੇ, ਅਤੇ ਇਸ ਲੈਵਲ ਦੀ ਪ੍ਰੋਬਲਮ ਨਹੀਂ ਆਈ ਕਿ ਮੈਨੂੰ ਕਾਫੀ ਜ਼ਿਆਦਾ ਬਣੇ ਸੀ ਤੁਹਾਡੇ ਜਾਂ ਇੱਥੇ ਬਣੇ? ਉੱਥੇ ਵੀ ਬਣੇ ਸੀਗੇ, ਜਿਵੇਂ ਉੱਥੇ ਮੇਰੇ ਕਾਲਜ ਦੇ ਦੋਸਤ ਸੀਗੇ ਜਿਹੜੇ ਮੇਜਰਲੀ ਜਿਹੜੇ ਉੱਥੇ ਦੇ ਬੱਚੇ ਸੀਗੇ, ਕੋਈ ਮੈਕਸੀਕੋ ਤੋਂ ਸੀਗਾ, ਕੋਈ ਇਜਿਪਟ ਤੋਂ ਸੀਗਾ, ਕੋਈ US ਤੋਂ ਸੀਗੇ, ਕਿਉਂਕਿ ਉਹ ਜਿਹੜਾ ਜਿੱਥੇ ਮੈਂ ਪੜ੍ਹਦਾ ਸੀਗਾ ਉਹ ਡਾਊਨ ਟਾਊਨ ਦੇ ਵਿੱਚ ਸੀਗਾ। ਤੁਸੀਂ ਉਹ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਸੁਣਿਆ ਹੋਣਾ, ਓਲਡ ਸਕੂਲ, ਉੱਥੇ ਜਿਹੜਾ ਬਿੱਲਬੋਰਡ ਲੱਗਾ ਹੁੰਦਾ ਹੈ ਨਾ, ਅਤੇ ਯੰਗ ਐਂਡ ਡੰਡਾਸ ਦੇ ਵਿੱਚ ਉੱਥੇ ਮੇਰਾ ਕਾਲਜ ਸੀਗਾ, ਅਤੇ ਉੱਥੇ ਫਿਰ ਮੈਂ 18 ਕੁ ਮਹੀਨੇ ਉੱਥੇ ਹੀ ਰੁਕਿਆ ਵਾਂ, ਉੱਥੇ ਪੜ੍ਹਾਈ ਪੜੂਈ ਕੀਤੀ ਹੈ, ਅਤੇ ਰੋਜ਼ ਹੀ ਮੈਂ ਅਪ ਡਾਊਨ ਕਰਦਾ ਹੁੰਦਾ ਸੀਗਾ, ਅਤੇ 40-50 ਮਿੰਟ ਲੱਗਦੇ ਹੁੰਦੇ ਸੀਗੇ, ਅਤੇ ਪ੍ਰੋਬਲਮ ਮੈਨੂੰ ਆਈਆਂ ਨੇ ਬਟ ਇਸ ਲੈਵਲ ਦੀਆਂ ਨਹੀਂ ਆਈਆਂ ਜਿਸ ਲੈਵਲ ਦੀਆਂ ਕਾਫੀ ਬੱਚਿਆਂ ਨੂੰ ਆਉਂਦੀਆਂ ਨੇ ਜੋ ਕਿ ਮੈਨੂੰ ਸੁਣਨ 'ਚ ਮਿਲਦਾ ਹੈ। ਅੱਛਾ, ਜੇ ਆਪਾਂ ਗੱਲ ਕਰੀਏ ਵੀ ਨੌਜਵਾਨ ਅੱਜ ਬੜੇ ਬਾਹਰ ਜਾ ਰਹੇ ਆ, ਹੈ ਨਾ, ਆਪਾਂ ਇੱਕ ਗੱਲ ਇਹ ਵੀ ਕੀਤੀ ਵੀ ਜਿਹੜੇ ਇੱਥੇ ਕਦੇ ਕੰਮ ਨਹੀਂ ਕੀਤਾ ਉਹ ਬਾਹਰ ਜਾ ਕੇ ਕੰਮ ਕਰ ਰਹੇ ਆ, ਅਤੇ ਸਟੱਡੀ ਵੀਜ਼ੇ ਵਾਸਤੇ ਲੋਕ ਜਾਂਦੇ, ਹੈ ਨਾ, ਕੀ ਕਾਰਨ ਮੰਨਦੇ ਹੋ ਵੀ ਡਿਪਰੈਸ਼ਨ 'ਚ ਬੜੇ ਬੱਚੇ ਜਾ ਰਹੇ ਆ, ਕਈਆਂ ਨੂੰ ਅਟੈਕ ਆ ਰਹੇ ਆ, ਮੌਤਾਂ ਬੜੀਆਂ ਹੋ ਰਹੀਆਂ, ਉਹਦੇ ਕੀ ਤੁਸੀਂ ਕਾਰਨ ਮੰਨਦੇ? ਕਿਉਂਕਿ ਤੁਸੀਂ ਉੱਥੇ ਜਾ ਕੇ ਉਹ ਚੀਜ਼ਾਂ ਫੇਸ ਵੀ ਕੀਤੀਆਂ ਹੋਈਆਂ, ਹੈ ਨਾ, ਉਹਦੇ ਤੁਸੀਂ ਕੀ ਕਾਰਨ ਮੰਨਦੇ ਆ ਵੀ ਬੱਚੇ ਜਿਹੜੇ ਆ ਉਹ ਡਿਪਰੈਸ਼ਨ 'ਚ ਉੱਥੇ ਉੱਥੇ ਜਾ ਰਹੇ ਆ, ਉਹਦਾ ਕੀ ਕਾਰਨ ਹੈ? ਦੇਖੋ, ਮੌਤਾਂ ਹੋਣ ਦੇ ਕਾਫੀ ਸਾਰੇ ਕਾਰਨ ਮੈਨੂੰ ਲੱਗਦੇ ਨੇ। ਉੱਥੇ ਸਟ੍ਰੈਸ ਕਾਫੀ ਜ਼ਿਆਦਾ ਆ, ਡਿਪਰੈਸ਼ਨ 'ਚ ਹੋ ਜਾਂਦੇ ਨੇ ਬੱਚੇ, ਪੇਰੈਂਟਸ ਤੋਂ ਦੂਰ ਹੋ ਜਾਂਦੇ ਨੇ, ਕਈ ਕਾਫੀ ਆਪਣੇ ਬੱਚੇ ਨਸ਼ਿਆਂ 'ਚ ਲੱਗ ਜਾਂਦੇ ਨੇ, ਕਿਉਂਕਿ ਨਸ਼ਾ ਉੱਥੇ ਬਹੁਤ ਜ਼ਿਆਦਾ ਕਾਮਨ ਹੈ। ਇੱਥੇ ਸੁਣਨ ਨੂੰ ਤਾਂ ਮਿਲਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜ਼ਿਆਦਾ ਹੈ ਜਾਂ ਫਿਰ ਉਸ ਲੈਵਲ ਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਜਿੰਨਾ ਨਸ਼ਾ ਉੱਥੇ ਹੈਗਾ ਆ ਓਨਾ ਇੱਥੇ ਨਹੀਂ ਹੈ, ਜਿੰਨਾ ਨਸ਼ਾ ਨੌਰਥ ਅਮੈਰੀਕਾ 'ਚ ਆ ਪੂਰੇ 'ਚ। ਅਤੇ ਉੱਥੇ ਦੇਖੋ ਹੁਣ ਕੈਨੀਬਸ ਜਿਹੜੀ ਪੰਜਾਬ ਨੂੰ ਜਿੱਦਾਂ ਕਹਿੰਦੇ ਆ, ਹੈ ਨਾ, ਉੜਦਾ ਪੰਜਾਬ ਜਾਂ ਇੱਥੇ ਨਸ਼ਾ ਬੜਾ ਆ। ਹਾਂਜੀ, ਮਤਲਬ ਇੱਥੇ ਨਾਲੋਂ ਵੀ ਵੱਧ ਨਸ਼ਾ ਬਾਹਰ? ਇੱਥੇ ਨਾਲੋਂ ਤਾਂ ਬਹੁਤ ਜ਼ਿਆਦਾ ਆ ਜੀ, ਮਤਲਬ ਉੱਥੇ ਕੈਨੀਬਸ ਜਿਹੜੀ ਵੀਡ ਆ, ਭੰਗ ਜਿਹਨੂੰ ਕਹਿੰਦੇ ਆ, ਉਹ ਲੀਗਲ ਹੈ, ਹਰ ਕਿਸੇ ਦੇ ਹੱਥ 'ਚ ਸਿਗਰਟ ਹੁੰਦੀ ਆ, ਦਾਰੂ ਨੂੰ ਤਾਂ ਆਮ ਹੀ ਸਮਝਦੇ ਨੇ, ਬੀਅਰ ਤਾਂ ਮਤਲਬ ਕੋਈ ਚੱਕਰ ਹੀ ਨਹੀਂ, ਹਰ ਕੋਈ ਪੀਂਦਾ ਆ। ਅਤੇ ਉਸ ਤੋਂ ਬਾਅਦ ਸਾਈਕਡੈਲਿਕਸ ਜਿਹੜੇ ਹੁੰਦੇ ਨੇ, ਜਿਹੜੇ LSD ਵਗੈਰਾ, ਉਹ ਵੀ ਹੁਣ ਉੱਥੇ ਲੀਗਲ ਹੋਣੇ ਸ਼ੁਰੂ ਹੋ ਗਏ ਨੇ। ਜਦੋਂ ਮੈਂ ਗਿਆ ਸੀ 18 ਵਿੱਚ, ਉਦੋਂ ਉਹਨਾਂ ਨੇ ਕੈਨੀਬਸ ਲੀਗਲ ਕਰਤੀ ਸੀਗੀ ਪੂਰੇ ਹਰ ਜਗ੍ਹਾ 'ਤੇ, US ਦੇ ਵਿੱਚ ਵੀ ਕਾਫੀ ਲੀਗਲ ਹੋ ਗਈ ਹੈ। ਚਲੋ, ਉਹ ਕਿਸੇ ਲੈਵਲ 'ਤੇ ਹਾਲੇ ਆਪਾਂ ਨੂੰ ਪਤਾ ਨਹੀਂ ਹੈ ਕਿ ਠੀਕ ਹੈ ਕਿ ਗਲਤ ਹੈ, ਉਹਦੇ ਵੱਖਰੇ ਆਰਗੂਮੈਂਟ ਹੋ ਸਕਦੇ ਨੇ, ਪਰ ਨਸ਼ਾ ਇਸ ਮਾਮਲੇ 'ਚ ਉੱਥੇ ਬਹੁਤ ਜ਼ਿਆਦਾ ਆ। ਅਤੇ ਆਪਣੇ ਦੂਸਰੇ ਹੀਰੋਇਨ ਵਗੈਰਾ ਹੋ ਗਏ, ਉਹ ਵੀ ਬਹੁਤ ਜ਼ਿਆਦਾ ਕਾਮਨ ਹੈ। ਅੱਜ ਕੱਲ੍ਹ ਤੁਸੀਂ ਮੌਤਾਂ ਦੀ ਗੱਲ ਕੀਤੀ ਆ, ਮੌਤਾਂ ਦਾ ਜਿਹੜਾ
ਵੱਡੇ ਕਾਰਨ ਮੈਨੂੰ ਲੱਗਦੇ ਇੱਕ ਤਾਂ ਸਟ੍ਰੈਸ ਅਤੇ ਡਿਪਰੈਸ਼ਨ ਹੈ, ਕਈ ਲੋਕ ਉੱਥੇ ਜਾ ਕੇ ਬਹੁਤ ਸੁਸਾਈਡ ਵਗੈਰਾ ਕਰਦੇ ਨੇ, ਅਤੇ ਉਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉੱਥੇ ਨਵਾਂ ਨਸ਼ਾ ਆਇਆ ਇੱਕ ਫੈਂਟਨਲ ਨਾਂ ਦਾ, ਅਤੇ ਉਹਦੇ ਵਿੱਚ ਉਹ ਬਹੁਤ ਜ਼ਿਆਦਾ ਹਾਈਲੀ ਇੰਪੋਰਟੈਂਟ ਆ, ਮਤਲਬ ਉਹ 50% ਜ਼ਿਆਦਾ, ਮਤਲਬ 50 ਗੁਣਾ ਜ਼ਿਆਦਾ ਹੀਰੋਇਨ ਨਾਲੋਂ ਜ਼ਿਆਦਾ ਖਤਰਨਾਕ ਹੈ, ਅਤੇ 100 ਗੁਣਾ ਕੋਕੇਨ ਨਾਲੋਂ ਜ਼ਿਆਦਾ ਖਤਰਨਾਕ ਹੈ, ਅਤੇ ਉਹ ਬਹੁਤ ਜ਼ਿਆਦਾ, ਮਤਲਬ 70,000 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਨੇ ਉੱਥੇ US ਦੇ ਵਿੱਚ ਉਹਦੇ ਕਾਰਨ, ਠੀਕ ਹੈ। ਅਤੇ ਉਹ ਇੱਦਾਂ ਦਾ ਨਸ਼ਾ ਹੈ ਕਿ ਤੁਸੀਂ ਜਦੋਂ ਮਾਂ ਬੱਚਾ ਜੰਮਦੀ ਹੈ ਨਾ, ਅਤੇ ਜੰਮਣ ਤੋਂ ਬਾਅਦ ਜਦੋਂ ਪਹਿਲੀ ਵਾਰੀ ਨੂੰ ਆਪਣੇ ਹੱਥ 'ਚ ਲੈਂਦੀ ਹੈ, ਅਤੇ ਉਹ ਜੋ ਮਹਿਸੂਸ ਕਰਦੀ ਹੈ, ਜਿਹੜੇ ਨਿਊਰੋ ਕੈਮੀਕਲ ਰਿਲੀਜ਼ ਹੁੰਦੇ ਆ ਆਪਣੇ ਦਿਮਾਗ ਦੇ ਵਿੱਚ, ਉਹ ਨਸ਼ਾ ਉਹੀ ਨਿਊਰੋ ਕੈਮੀਕਲ ਰਿਲੀਜ਼ ਕਰਦਾ ਹੈ, ਅਤੇ ਉਹ ਇੱਕ ਉਹੀ ਕਾਰਨ ਹੈ ਕਿ ਆਪਣੀ ਲਾਈਫ ਦਾ, ਕਿ ਆਪਾਂ ਕਿਉਂ ਐਗਜ਼ਿਸਟ ਕਰਦੇ ਹਾਂ। ਅੱਛਾ ਪਰਮਿਤ ਭਾਈ, ਟੋਕਿਆ ਮੈਂ ਤੁਹਾਨੂੰ ਇੱਥੇ, ਤੁਹਾਡਾ ਮਤਲਬ ਕਦੋਂ ਮਨ ਬਣਿਆ ਵਾਪਸ ਆਉਣ ਦਾ? ਜਦੋਂ ਤੁਸੀਂ ਇੱਥੋਂ 2018 'ਚ ਗਏ ਹੈ ਨਾ, ਉਦੋਂ ਹੀ ਤੁਹਾਨੂੰ ਦਿੱਕਤਾਂ ਦੇ ਸਾਹਮਣਾ, ਖੈਰ ਤੁਸੀਂ ਦੱਸਿਆ ਵੀ ਨਹੀਂ ਕਰਨਾ ਪਿਆ, ਤੁਹਾਡੇ ਸਿਸਟਰ ਉੱਥੇ ਸੀਗੇ, ਰਹਿਣਾ ਪੈਣਾ ਹੋ ਹੀ ਗਿਆ ਹੈ ਨਾ, ਤੁਹਾਡਾ ਖਰਚੇ ਪਾਣੀ ਵੀ ਚੱਲੀ ਗਿਆ, ਤੁਹਾਨੂੰ ਕਦੋਂ ਰਿਲਾਈਜ਼ ਹੋਇਆ ਵੀ ਯਾਰ ਮੈਂ ਇੱਥੋਂ ਵਾਪਸ ਜਾਣਾ ਚਾਹੁੰਦਾ? ਉਹ ਕਿੱਦਾਂ ਦੀਆਂ ਗੱਲਾਂ ਸੀਗੀਆਂ ਮਾਇੰਡ ਦੇ ਵਿੱਚ ਆਈਆਂ, ਕੀ ਕਾਰਨ ਸੀਗੇ ਵੀ ਤੁਸੀਂ ਵਾਪਸ ਆਏ? ਦੇਖੋ ਮੈਨੂੰ ਰਿਲਾਈਜ਼ ਹੋਣਾ 2.5 ਤੋਂ 3 ਸਾਲ ਦੇ ਬਾਅਦ ਸ਼ੁਰੂ ਹੋਇਆ ਹੈ ਉੱਥੇ ਜਾਣ ਤੋਂ, ਮਤਲਬ ਇਹ ਲਾ ਲਓ ਕਿ ਪੈਂਡੈਮਿਕ ਜਦੋਂ ਸ਼ੁਰੂ ਹੋਇਆ ਨਾ, ਉਹਦੇ ਵਿੱਚ ਮੇਰਾ ਥੋੜ੍ਹਾ ਜਿਹਾ ਮਤਲਬ ਮਨ ਬਣਨਾ ਸ਼ੁਰੂ ਹੋ ਗਿਆ ਸੀਗਾ, ਮਤਲਬ ਪ੍ਰੋਪਰ ਤੌਰ 'ਤੇ ਨਹੀਂ, ਬਟ ਮੈਂ ਜਦੋਂ ਜੋ ਕੁਛ ਨੋਟਿਸ ਕੀਤਾ ਉਸ ਹਿਸਾਬ ਨਾਲ, ਇੱਕ ਤਾਂ ਇਕਨੋਮਿਕਲ ਕਾਰਨ ਇਹ ਸੀਗਾ ਕਿ ਉੱਥੇ ਖਰਚੇ ਵਗੈਰਾ ਬਹੁਤ ਜ਼ਿਆਦਾ ਵੱਧ ਗਏ ਸੀਗੇ, ਜਿਵੇਂ ਮੌਰਗੇਜ ਦੇ ਦੱਸਿਆ ਬਹੁਤ ਜ਼ਿਆਦਾ ਵੱਧ ਗਈਆਂ ਸੀ, ਤੁਹਾਡੇ ਵੱਧ ਗਏ ਸੀ ਜਾਂ ਨੋਰਮਲ ਉੱਥੇ ਸਭ ਦੇ ਵੱਧ ਗਏ ਸੀਗੇ, ਠੀਕ ਹੈ। ਅਤੇ ਹਰ ਇੱਕ ਚੀਜ਼, ਇੱਕ ਕੌਫੀ ਦਾ ਪ੍ਰਾਈਜ਼ ਵੀ $1.5 ਤੋਂ ਲੈ ਕੇ $2.25 ਤੱਕ ਹੋ ਗਿਆ ਸੀਗਾ। ਹੁਣ ਇੱਥੇ ਕੀ ਹੈ, 10 ਰੁਪਏ ਦਾ ਚਾਹ ਦਾ ਕੱਪ ਹੈ, ਮੈਂ ਅੱਜ 5 ਸਾਲ ਬਾਅਦ ਮੁੜਿਆ, 10 ਰੁਪਏ ਦਾ ਹੀ ਹੈ, ਅਤੇ ਖਰਚੇ ਬਹੁਤ ਜ਼ਿਆਦਾ ਵਧੇ ਨੇ। ਅਤੇ ਇੱਕ ਕਾਰਨ ਸੀਗਾ ਉੱਥੇ ਮੌਸਮ ਦਾ, ਦੇਖੋ ਆਪਣੇ ਇੱਥੇ 6 ਰੁੱਤਾਂ ਨੇ, ਉੱਥੇ ਇੱਦਾਂ ਦਾ ਮੌਸਮ ਨਹੀਂ ਹੈਗਾ, 4 ਮਹੀਨੇ ਤੁਸੀਂ ਬਰਫ਼ ਦੇ ਵਿੱਚ ਢਕੇ ਹੀ ਰਹਿੰਦੇ ਹੋ, ਅਤੇ ਉੱਥੇ ਮਤਲਬ ਫਿਰ ਉਹ ਕੋਈ ਕੰਮ ਕਰ ਪਾਉਂਦੇ, ਕੰਮਕਾਜ ਨਹੀਂ ਰੁਕਦਾ, ਮਤਲਬ ਸੜਕਾਂ ਕਲੀਅਰ ਕਰਦੇ ਰਹਿੰਦੇ ਆ, ਪਰ ਉਹ ਤੁਸੀਂ ਜ਼ਿਆਦਾਤਰ ਬਾਹਰ ਨਹੀਂ ਨਿਕਲ ਸਕਦੇ, ਜ਼ਿਆਦਾ ਤੋਂ ਜ਼ਿਆਦਾ 10-15 ਮਿੰਟ ਉਹ ਵੀ ਕੋਟ ਦੇ ਕੋਟ ਪਾ ਕੇ -40-40 degrees ਤੱਕ, ਅਤੇ ਉੱਦਾਂ ਦਾ ਮਾਹੌਲ ਨਹੀਂ ਬਣਦਾ ਜਿੱਦਾਂ ਆਪਾਂ ਬਾਹਰ ਬੈਠ ਸਕਦੇ ਹਾਂ ਨਾ, ਉਹ ਚੀਜ਼ਾਂ ਕਾਫੀ ਜ਼ਰੂਰੀ ਹੁੰਦੀਆਂ ਨੇ ਮੈਂ ਮੰਨਦਾ ਹਾਂ, ਅਤੇ ਉਹ ਆਪਾਂ ਨੂੰ ਇੱਦਾਂ ਤਾਂ ਨਹੀਂ ਮਹਿਸੂਸ ਹੁੰਦਾ, ਪਰ ਹੌਲੀ ਹੌਲੀ ਉਹ ਚੀਜ਼ਾਂ ਆਪਾਂ ਨੂੰ ਇਫੈਕਟ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ, ਡਿਪਰੈਸ਼ਨ 'ਚ ਆਉਣਾ ਸ਼ੁਰੂ ਕਰ ਦਿੰਦੇ, ਕਿਉਂਕਿ ਆਪਾਂ ਸਾਰੀ ਉਮਰ ਇੱਥੇ ਰਹੇ, ਆਪਾਂ ਨੂੰ ਆਦਤ ਨਹੀਂ ਹੁੰਦੀ ਉਸ ਚੀਜ਼ ਦੀ। ਅਤੇ ਆਪਣਾ ਜੇ ਦੇਖ ਲਓ, ਜੋਗ੍ਰਾਫੀ ਵੀ ਬਹੁਤ ਸੋਹਣੀ ਹੈ, ਬਹੁਤ ਸਾਰੇ ਮੌਸਮ ਨੇ, ਇਹੋ ਜਿਹੀ ਜੋਗ੍ਰਾਫੀ ਕਿਤੇ ਨਹੀਂ ਦੇਖਣ ਨੂੰ ਮਿਲਦੀ, ਵੀ ਹਿਮਾਲਿਆ ਤੋਂ ਜਾ ਕੇ ਮੌਨਸੂਨ 'ਚ ਪਾਣੀ ਜਾਂਦਾ ਹੈ, ਉੱਥੋਂ ਲੈ ਕੇ ਫਿਰ ਬਰਫ਼ ਜੰਮਦੀ ਹੈ, ਫਿਰ ਗਰਮੀਆਂ 'ਚ ਬਰਫ਼ ਪਿਘਲਦੀ ਆ, ਅਤੇ ਆ ਕੇ ਆਪਣੀ ਨਦੀਆਂ 'ਚ ਆ ਜਾਂਦਾ ਆ, ਇਹੋ ਜਿਹੀ ਜੋਗ੍ਰਾਫੀ ਮੈਨੂੰ ਹੋਰ ਕਿਤੇ ਨਹੀਂ ਦੇਖਣ ਨੂੰ ਮਿਲੀ। ਅਤੇ ਇੱਕ ਇਕਨੋਮਿਕਲ ਕਾਰਨ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ, ਅਤੇ ਇੱਕ ਇਹ ਵੀ ਹੈ ਕਿ ਮੈਨੂੰ ਪੰਜਾਬ ਨਾਲ, ਇੰਡੀਆ ਨਾਲ ਕਾਫ਼ੀ ਜ਼ਿਆਦਾ ਪਿਆਰ ਸੀਗਾ, ਇਹ ਮੈਨੂੰ ਉਦੋਂ ਰਿਅਲਾਈਜ਼ ਨਹੀਂ ਹੋਇਆ, ਪਰ ਮੈਂ ਉੱਥੇ ਜਦੋਂ ਗਿਆ ਵਾਂ, ਉੱਥੋਂ ਦੀਆਂ ਚੀਜ਼ਾਂ ਦੇਖੀਆਂ ਆ, ਉੱਥੋਂ ਦੇ ਲੋਕਾਂ ਨੂੰ ਮਿਲਿਆ ਵਾਂ, ਅਤੇ ਹੌਲੀ ਹੌਲੀ ਮੈਨੂੰ ਰਿਅਲਾਈਜ਼ ਹੋਇਆ ਕਿ ਨਹੀਂ, ਮੈਨੂੰ ਆਪਣੇ ਦੇਸ਼ ਨਾਲ, ਆਪਣੇ ਪੰਜਾਬ ਨਾਲ ਕਾਫ਼ੀ ਜ਼ਿਆਦਾ ਪਿਆਰ ਹੈ, ਅਤੇ ਇਹ ਵੀ ਇੱਕ ਕਾਰਨ ਸੀਗਾ। ਅੱਛਾ ਪਰਮੀਤ ਭਾਈ, ਤੁਸੀਂ ਹੈ ਨਾ ਕਈ ਕਾਰਨ ਦੱਸੇ ਆ, ਪਰ ਇਹ ਕਾਰਨ ਤਾਂ ਇੱਥੇ ਰਹਿ ਕੇ ਵੀ ਸਾਨੂੰ ਪਤਾ ਵੀ ਇੱਦਾਂ ਦੀਆਂ ਦਿੱਕਤਾਂ ਸਾਨੂੰ ਬਾਹਰ ਆਉਣਗੀਆਂ, ਤੁਸੀਂ ਉਰੀ ਕਿਉਂ ਨਹੀਂ ਸੋਚਿਆ ਬਾਹਰ ਜਾ ਕੇ 5 ਸਾਲ ਲਾਏ, ਉਹ ਤੋਂ ਬਾਅਦ ਫਿਰ ਤੁਸੀਂ ਇਹ ਮਨ ਬਣਾਇਆ ਵਾਪਸ ਆਉਣ ਦਾ? ਕਿੱਦਾਂ ਦੀ ਦਿੱਕਤਾਂ, ਮੈਂ ਤੁਹਾਡਾ ਸਵਾਲ, ਮਤਲਬ ਕਿ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉੱਥੇ ਮਹਿੰਗਾਈ ਵੱਧ ਰਹੀ ਆ, ਹੈ ਨਾ, ਕਲਚਰ ਦੇ ਵਿੱਚ ਸਾਨੂੰ ਬਦਲਾਅ ਦੇਖਣ ਨੂੰ ਮਿਲੂਗਾ, ਇਹ ਚੀਜ਼ਾਂ ਸਾਨੂੰ ਇੰਡੀਆ ਵਿੱਚ, ਪੰਜਾਬ ਵਿੱਚ ਰਹਿੰਦੇ ਵੀ ਪਤਾ ਆ ਸਾਨੂੰ, ਹੈ ਨਾ, ਵੀ ਇਹ ਚੀਜ਼ਾਂ ਫੇਸ ਕਰਨੀਆਂ ਪੈਣੀਆਂ, ਕੰਮ ਵੀ ਕਰਨਾ ਪੈਣਾ ਬਾਹਰ ਜਾ ਕੇ, ਇਹ ਚੀਜ਼ਾਂ ਸਾਨੂੰ ਪਹਿਲੇ ਪਤਾ, ਪਰ ਤੁਸੀਂ ਉੱਥੇ ਜਾ ਕੇ ਕਿਉਂ, ਮਤਲਬ ਕਿ ਤੁਸੀਂ ਜਦੋਂ ਗਰਾਊਂਡ ਜ਼ੀਰੋ 'ਤੇ ਜਾ ਕੇ ਚੀਜ਼ਾਂ ਦੇਖੀਆਂ, ਉਦੋਂ ਤੁਹਾਨੂੰ ਰਿਲਾਈਜ਼ ਹੋਇਆ?
ਹਾਂਜੀ, ਇਹ ਤੁਹਾਡਾ ਬੜਾ ਸੋਹਣਾ ਸਵਾਲ ਸੀਗਾ ਕਿ ਗਰਾਊਂਡ ਰਿਐਲਿਟੀ ਕੁਛ ਹੋਰ ਹੀ ਹੈ, ਮਤਲਬ ਦੇਖਣ ਨੂੰ ਆਪਾਂ ਨੂੰ ਇੱਥੋਂ ਹੁਣ ਥੋੜ੍ਹਾ ਇਨਫਲੂਐਂਸ ਹੋ ਜਾਂਦਾ ਬੰਦਾ ਵੀ ਆਪਾਂ ਜੋ ਇੰਸਟਾਗ੍ਰਾਮ 'ਤੇ ਜਾਂ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਰੀਲਸ ਵਗੈਰਾ ਦੇਖਦੇ ਹਾਂ ਲੋਕਾਂ ਦੀ ਵੀ ਹਾਂ ਇੰਨੇ ਗੱਡੀ ਲੈ ਲਈ ਆ, ਇੱਦਾਂ ਨਜ਼ਾਰੇ ਲੈ ਰਿਹਾ ਵਾ, ਪਰ ਗਰਾਊਂਡ ਰਿਐਲਿਟੀ ਕੁਛ ਹੋਰ ਹੀ ਹੈ ਕਿ 16-16 ਸ਼ਿਫਟਾਂ ਕਰ ਰਹੇ ਨੇ, ਦਿਹਾੜੀਆਂ ਲਾ ਰਹੇ ਨੇ, ਸਾਰਾ ਦਿਨ ਖੜ੍ਹੇ ਰਹਿੰਦੇ ਨੇ। ਉਹ ਚੀਜ਼ਾਂ ਹੈਗੀਆਂ ਨੇ, ਪਰ ਉਹ ਚੀਜ਼ਾਂ ਇੱਥੇ ਨਹੀਂ ਤੁਹਾਨੂੰ ਦੇਖਣ ਨੂੰ ਮਿਲਦੀਆਂ। ਜਦੋਂ ਤੁਸੀਂ ਮੈਂ ਦੇਖਦਾ ਅਕਸਰ ਜਿਹੜੇ ਆਪਣੇ ਵੀਰ ਬਾਹਰ ਗਏ ਹੋਏ ਆ ਉਹ ਜ਼ਿਆਦਾ ਬੀਚ 'ਤੇ ਘੁੰਮਦੇ ਹੁੰਦੇ ਆ, ਉਹਦੀ ਸਟੋਰੀ ਪਾਈ ਹੁੰਦੀ ਆ, ਜਾਂ ਫਿਰ ਵੀਕਐਂਡ 'ਤੇ ਜਿਹੜਾ ਚਿੱਲ ਕਰਦੇ ਆ, ਹਾਂਜੀ ਉਹ ਕਦੀ ਕੰਮ ਕਰਦੇ ਨਹੀਂ ਦਿਖਾਉਂਦੇ ਆਪਣੇ ਆਪ। ਹਾਂਜੀ ਉਹੀ ਤਾਂ ਹੈਗਾ ਨਾ, ਜਿਹੜਾ ਮੇਨ ਜਿੱਥੇ ਜਾ ਸਭ ਤੋਂ ਜ਼ਿਆਦਾ ਉਹਨਾਂ ਦਾ ਟਾਈਮ ਸਪੈਂਡ ਹੁੰਦਾ ਉਹ ਨਹੀਂ ਦਿਖਾਉਂਦੇ ਨੇ, ਉਹ ਚੀਜ਼ਾਂ ਲੁਕੀਆਂ ਰਹਿ ਜਾਂਦੀਆਂ ਨੇ ਕਿਉਂਕਿ ਉਹ ਫਿਰ ਸ਼ੋਅ ਨਹੀਂ, ਮਤਲਬ ਉਹਨੂੰ ਕੀ ਕਹਿੰਦੇ ਆਪਾਂ, ਫੁਕਰੀ ਦੇ ਵਿੱਚ ਪੈ ਜਾਂਦੇ ਨੇ, ਹੈ ਨਾ। ਉਹ ਚੀਜ਼ਾਂ ਉਹਨੀਆਂ ਸੋਹਣੀ ਨਹੀਂ ਲੱਗਦੀਆਂ ਵੀ ਕੰਮ ਕਰਦੇ ਦੀਆਂ, ਅਤੇ ਮਸਟੈਂਗ ਦੀ ਵੀਡੀਓ ਬਹੁਤ ਸੋਹਣੀ ਲੱਗਦੀ ਆ ਅਤੇ ਉਹ ਪਾ ਦੇਈ ਦੀ ਆ, ਅਤੇ ਗਰਾਊਂਡ ਰਿਐਲਿਟੀ ਕੁਛ ਹੋਰ ਹੀ ਹੈ। ਅਤੇ ਲੋਕਾਂ ਨੂੰ ਕਾਫੀ ਜ਼ਿਆਦਾ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਆ ਉੱਥੇ, ਜਿਹਦਾ ਤੋਂ ਸੁਣਨ ਨੂੰ ਮਿਲ ਹੀ ਰਿਹਾ ਹੋਊਗਾ, ਜਿਸ ਹਿਸਾਬ ਨਾਲ ਡਿਪਰੈਸ਼ਨ ਜਾਂ ਫਿਰ ਸੁਸਾਈਡ ਵਗੈਰਾ ਦੀ ਗੱਲਾਂ ਨਹੀਂ ਤਾਂ ਸੁਣਨ ਨੂੰ ਮਿਲਦੀਆਂ ਨੇ, ਅਤੇ ਗਵਰਨਮੈਂਟ ਵੀ ਵਿੱਚ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੀ ਹੈ। ਅੱਛਾ, ਤੁਸੀਂ ਜ਼ਿਕਰ ਕੀਤਾ ਵੀ ਮੇਰੇ ਕਈ ਦੋਸਤ ਇੱਥੋਂ ਦੇ ਵੀ ਬਾਹਰ ਗਏ ਹੋਏ ਸੀ ਤੁਹਾਡੇ ਕੋਲ, ਜਿੱਥੇ ਤੁਸੀਂ ਉਹਨਾਂ ਕੋਲ ਰਹੇ ਵੀ ਆ, ਉਹ ਵਾਪਸ ਮੁੜ ਰਹੇ ਆ ਕਿ ਨਹੀਂ? ਕਾਫੀ ਲੋਕ ਮੁੜ ਰਹੇ ਨੇ, ਮੈਂ ਦੇਖਿਆ ਵਾ, ਮਤਲਬ ਮੇਰੇ ਦੋਸਤਾਂ ਦੇ ਵਿੱਚ ਤਾਂ ਸ਼ਾਇਦ ਨਹੀਂ ਮੈਨੂੰ ਇਹਨਾਂ ਕੋਈ ਦੇਖਣ ਨੂੰ ਮਿਲਿਆ, ਬਟ ਕਾਫੀ ਲੋਕ ਵਾਪਸ ਆ ਰਹੇ ਨੇ। ਤੁਸੀਂ ਯੂਟਿਊਬ 'ਤੇ ਇੱਕ ਰਿਵਰਸ ਮਾਈਗ੍ਰੇਸ਼ਨ ਕਰਕੇ ਪਾਇਓ ਤਾਂ ਉਹਨਾਂ ਨੂੰ ਵਾਧੂ ਤੁਹਾਨੂੰ ਦਿਖ ਜਾਣਗੇ ਕਈ ਲੋਕਾਂ ਦੇ, ਕਈ ਲੋਕ ਚਾਹੁੰਦੇ ਨੇ ਉੱਥੋਂ ਆਡੀਓ ਕਾਲ ਹੁੰਦੀ ਨੇ ਲੋਕਾਂ ਦੀ ਵੀ ਅਸੀਂ ਵੀ ਮੁੜ ਰਹੇ ਹਾਂ। ਅੱਛਾ ਪਰਮਿਤ ਭਾਈ, ਤੁਸੀਂ ਆਪਣੇ ਕਾਰਨ ਤਾਂ ਦੱਸੇ ਹੈ ਨਾ, ਤੁਸੀਂ ਹੁਣ ਕਹਿ ਰਹੇ ਹੋ ਵੀ ਬਹੁਤ ਲੋਕ ਵਾਪਸ ਮੁੜ ਰਹੇ ਆ, ਉਹਨਾਂ ਦੇ ਕੀ ਕਾਰਨ ਹੋ ਸਕਦੇ ਵਾਪਸ ਮੁੜਨ ਦੇ? ਉਹਨਾਂ ਦੇ ਵੀ ਇਹੀ ਕਾਰਨ ਮੈਨੂੰ ਲੱਗਦਾ ਨੇ, ਮਹਿੰਗਾਈ ਹੋ ਗਿਆ ਜਾਂ ਫਿਰ ਉਹਨਾਂ ਦੇ ਆਪਣੇ ਕੋਈ ਕਾਰਨ ਹੁੰਦੇ ਨੇ। ਕਈਆਂ ਦੇ ਬੱਚਿਆਂ ਨੂੰ ਦੇਖ ਕੇ, ਇੱਕ ਮੁੰਡਾ ਸੀਗਾ 14 ਸਾਲ ਬਾਅਦ ਮੁੜ ਰਿਹਾ ਉਹ ਵਾਪਸ, ਉੱਥੇ 14 ਸਾਲ ਰਹਿ ਕੇ ਫਿਰ ਉਹ ਵਾਪਸ ਆ ਰਿਹਾ, ਕਿਉਂਕਿ ਉਹਨੂੰ ਫਿਊਚਰ ਉੱਥੇ ਨਹੀਂ ਦਿਖ ਰਿਹਾ, ਆਪਣੇ ਬੱਚਿਆਂ ਦਾ ਫਿਊਚਰ, ਕਿਉਂਕਿ ਮਾਂ ਬੋਲੀ ਤੋਂ ਪੰਜਾਬ ਤੋਂ ਵਿਛੜ ਜਾਂਦੇ ਨੇ। ਠੀਕ ਹੈ, ਉਹ ਲੱਗਦਾ ਤਾਂ ਹੈ ਵੀ ਹਾਂ ਉਹ ਕੋਸ਼ਿਸ਼ ਤਾਂ ਕਰਦੇ ਨੇ ਕਿ ਉੱਥੇ ਸਾਰੇ ਆਪਣੇ ਭੇਸ 'ਚ ਰਹਿ ਪਾਉਂਦੇ ਨੇ, ਪਰ ਅੰਦਰੋਂ ਜਿਹੜਾ ਪਿਆਰ ਹੈ ਉਹ ਇੱਥੇ ਰਹਿ ਕੇ ਹੀ ਬਣ ਪਾਉਂਦਾ ਆ। ਉਹ ਤੁਸੀਂ ਸਿਰਫ ਉੱਥੇ ਰਹਿ ਕੇ ਨਹੀਂ, ਉੱਥੇ ਜਿਹੜੇ ਰਹਿੰਦੇ ਵੀ ਨੇ ਬੱਚੇ ਉਹ ਵਾਪਸ ਇੱਧਰ ਨੂੰ ਮੂੰਹ ਹੀ ਨਹੀਂ ਕਰਦੇ। ਅੱਛਾ ਪਰਮਿਤ ਭਾਈ, ਤੁਸੀਂ ਤਕਰੀਬਨ 5 ਸਾਲ ਲਾਏ ਉੱਥੇ? ਹਾਂਜੀ। ਫਿਰ 5 ਸਾਲ ਦੇ ਵਿੱਚ ਤਾਂ PR ਹੋ ਜਾਣਾ ਚਾਹੀਦਾ, PR ਨਹੀਂ ਅਪਲਾਈ ਕੀਤੀ ਤੁਸੀਂ, ਜਾਂ ਤੁਹਾਡੀ ਲੱਗੀ ਨਹੀਂ ਤਾਂ ਕਰਕੇ ਵਾਪਸ ਆ ਗਏ? ਨਹੀਂ, ਮਤਲਬ ਮੈਂ ਜਿਵੇਂ ਵਰਕ ਪਰਮਿਟ 'ਤੇ ਸੀਗਾ, ਅਤੇ ਪਹਿਲਾਂ ਮੈਂ ਸਟੱਡੀ ਪਰਮਿਟ 'ਤੇ ਸੀਗਾ, ਫਿਰ ਮੈਂ ਵਰਕ ਪਰਮਿਟ 'ਤੇ ਸੀਗਾ, ਉਸ ਤੋਂ ਬਾਅਦ ਮੈਂ PR ਕਰਨ ਦਾ ਸੋਚਿਆ ਨਹੀਂ, ਕਿਉਂਕਿ ਮੈਂ ਇੰਡੀਆ ਦੀ ਸਿਟੀਜ਼ਨਸ਼ਿਪ ਨਹੀਂ ਛੱਡਣਾ ਚਾਹੁੰਦਾ ਸੀਗਾ। ਓਕੇ, ਹਾਂਜੀ, ਅਤੇ ਬਾਕੀ ਤੁਹਾਨੂੰ ਮੈਂ ਦੱਸਿਆ ਹੈ ਕਿ ਹੌਲੀ ਹੌਲੀ ਜਿੱਦਾਂ ਮੇਰਾ ਮਾਇੰਡ ਚੇਂਜ ਹੋਇਆ, ਇਹ ਡਿਸੀਜਨ ਵੀ ਤੁਹਾਡਾ ਬਾਹਰ ਜਾ ਕੇ ਬਣਿਆ ਵੀ ਮੈਂ ਇੰਡੀਆ ਦੀ ਸਿਟੀਜ਼ਨ ਨਹੀਂ? ਹਾਂਜੀ, ਉਹੀ ਅਕਸਰ ਲੋਕ ਬਾਹਰ ਤਾਂ ਹੀ ਜਾਂਦੇ ਵੀ ਅਸੀਂ ਉੱਥੇ ਦੇ ਨਾਗਰਿਕ ਬਣਨਾ ਚਾਹੁੰਦੇ, ਉੱਥੇ PR ਪੱਕੇ ਹੋਣਾ ਚਾਹੁੰਦੇ ਹਾਂ। ਹਾਂਜੀ, ਅਤੇ ਉਹ ਮੈਂ ਹੀ ਹੈ ਕਿ ਇੰਡੀਆ ਦੀ ਸਿਟੀਜ਼ਨ ਨਹੀਂ ਸੀ ਛੱਡਣਾ ਚਾਹੁੰਦਾ। ਹੁਣ ਦੇਖੀ ਚਾਈਨਾ ਦਾ ਵੀ ਤੁਸੀਂ ਇਹ ਦੇਖ ਲਓ ਕਿ ਹੁਣ ਤਰੱਕੀ ਇੰਨੀ ਜ਼ਿਆਦਾ ਕਰ ਲਈ ਹੈ ਕਿ ਚਾਈਨਾ ਦੇ ਲੋਕ ਵੀ ਵਾਪਸ ਆ ਰਹੇ ਨੇ ਜਿਹੜੇ 90 ਦੇ ਦਹਾਕੇ ਦੇ ਵਿੱਚ ਗਏ ਹੋਏ ਸੀਗੇ, ਅਤੇ ਉਹ ਹੁਣ ਆ ਕੇ ਮੁੜ ਰਹੇ ਨੇ, ਕਿਉਂਕਿ ਚਾਈਨਾ ਨੇ ਇਸ ਹਿਸਾਬ ਦੀ ਤਰੱਕੀ ਕਰ ਲਈ ਹੈ, ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀਆਂ ਨੂੰ ਉੱਥੋਂ ਛੱਡ ਛੱਡ ਕੇ ਇੱਧਰ ਆ ਰਹੇ ਨੇ। 3.8 ਕਰੋੜ ਤੇ ਆਬਾਦੀ ਉੱਥੋਂ ਦੀ, ਇੰਨੀ ਘੱਟ ਹੈ, ਆਪਣੀ 150 ਕਰੋੜ ਹੈ, ਆਪਣਾ ਰੁਤਬਾ ਅੱਜ ਦੇ ਟਾਈਮ ਦੇ ਵਰਲਡ ਸਟੇਜ ਦੇ ਉੱਤੇ ਕਾਫੀ ਉੱਤੇ ਹੈ ਮੈਂ ਮੰਨਦਾ ਹਾਂ। ਅਤੇ ਕੈਨੇਡਾ ਚਲੋ ਠੀਕ ਹੈ, ਰਹਿਣ ਵਾਸਤੇ ਮਾੜੀ ਕੰਟਰੀ ਨਹੀਂ ਹੈ, ਪਰ ਉਹੋ ਜਿਹਾ ਮੈਨੂੰ ਮਾਹੌਲ ਜਿਹੋ ਜਿਹਾ ਇੰਡੀਆ 'ਚ ਹੈ ਉਹੋ ਜਿਹਾ ਹੋਰ ਕਿਤੇ। ਅੱਛਾ ਪਰਮਿਤ ਭਾਈ, ਹੁਣ ਇਹ ਵੀ ਸੁਣਨ ਨੂੰ ਮਿਲਦਾ ਵੀ ਉੱਥੇ ਕੰਮ ਕਾਰ ਹੈ ਨਹੀਂ, ਕਿ ਕੰਮ ਬੜੇ ਔਖੇ ਮਿਲਦੇ ਆ, ਤੁਹਾਨੂੰ ਸੌਖੇ ਮਿਲ ਗਏ ਸੀ ਕੰਮ ਕਰਨੇ? ਹਾਂਜੀ, ਕਿਹੜੇ ਕਿਹੜੇ ਕੰਮ ਕੀਤੇ ਵੀ ਜ਼ਰੂਰ ਦੱਸਿਓ। ਹਾਂ, ਕੰਮ ਤਾਂ ਮੈਨੂੰ ਸੌਖਾ ਹੀ ਮਿਲ ਗਿਆ ਸੀਗਾ। ਸ਼ੁਰੂ 'ਚ ਮੈਂ ਇੱਕ ਪਬਲਿਕ ਆਊਟਰੀਚ ਕਰਕੇ ਕੰਪਨੀ ਸੀਗੀ, ਉੱਥੇ ਮੈਂ 3-4 ਮਹੀਨੇ ਕੰਮ ਕੀਤਾ। ਉਹਦੇ ਵਿੱਚ ਅਸੀਂ ਡੋਨੇਸ਼ਨ ਵਗੈਰਾ ਕਰਨ ਜਾਂਦੇ ਹੁੰਦੇ ਸੀ ਲੋਕਾਂ ਦੇ ਦਰਵਾਜ਼ਿਆਂ ਦੇ ਉੱਤੇ, ਅਤੇ ਉਹ 'ਚ ਸੋਹਣਾ ਕੰਮ ਸੀਗਾ, ਮੈਨੂੰ ਕਾਫੀ ਐਕਸਪੋਜ਼ਰ ਮਿਲਿਆ ਉੱਥੇ ਗੱਲਬਾਤ ਕਰਨ ਦਾ, ਕੌਨਫੀਡੈਂਸ ਵਗੈਰਾ ਵਗੈਰਾ
ਊਬਰ ਵੀ ਕੀਤੀ ਆ ਮੈਂ ਉੱਥੇ ਗੱਡੀ ਗੁੱਡੀ ਚਲਾ ਕੇ ਡਿਲੀਵਰੀਜ਼ ਵਗੈਰਾ ਕੀਤੀਆਂ ਨੇ ਬਾਕੀ ਟਿਮ ਹੋਟਲਸ ਦੇ ਵਿੱਚ ਵੀ ਕੰਮ ਕੀਤਾ ਐਜ਼ ਅ ਸੁਪਰਵਾਈਜ਼ਰ ਵੀ ਮੈਂ ਉੱਥੇ ਕੰਮ ਕੀਤਾ ਆ ਕੰਮ ਸੌਖੇ ਮਿਲ ਜਾਂਦੇ ਉੱਥੇ ਕੰਮ ਅਗਰ ਤੁਹਾਡੀ ਸੌਖੇ ਤਾਂ ਮਿਲ ਜਾਂਦੇ ਥੋੜ੍ਹੀ ਅਗਰ ਤੁਹਾਡੀ ਰੈਫਰੈਂਸ ਹੈਗੀ ਆ ਤਾਂ ਤੁਹਾਨੂੰ ਬਹੁਤ ਸੌਖਾ ਕੰਮ ਮਿਲ ਜਾਏਗਾ ਅਦਰਵਾਈਜ਼ ਤੁਹਾਨੂੰ ਮਿਹਨਤ ਕਰਦੇ ਰਹਿਣਾ ਪਏਗਾ ਅਪਲਾਈ ਕਰਦੇ ਰਹਿਣਾ ਪਏਗਾ ਕਰਦੇ ਰਹਿਣਾ ਪਏਗਾ ਅਤੇ ਸ਼ੁਰੂ ਸ਼ੁਰੂ 'ਚ ਤਾਂ ਉੱਥੇ ਜਦੋਂ ਮੈਂ ਕਿਹਾ ਸੀ ਇੱਕ ਦੋ ਸਾਲ ਤਾਂ ਕਾਫੀ ਸੌਖੇ ਮਿਲੇ ਪਰ ਹੁਣ ਮੈਨੂੰ ਸੁਣਨ 'ਚ ਆ ਰਿਹਾ ਕਿ ਕੰਮ ਬਿਲਕੁਲ ਹੀ ਪਿਛਲੇ ਇੱਕ ਦੋ ਸਾਲ ਤੱਕ ਤਾਂ ਬਹੁਤ ਹੀ ਔਖਾ ਵਧਾ ਵਿਦਾਊਟ ਰੈਫਰੈਂਸ ਤਾਂ ਤੁਹਾਨੂੰ ਕੰਮ ਮਿਲ ਹੀ ਨਹੀਂ ਸਕਦਾ ਤਿੰਨ ਤਿੰਨ ਚਾਰ ਚਾਰ ਮਹੀਨੇ ਛੇ ਛੇ ਮਹੀਨੇ ਲੋਕ ਵਿਹਲੇ ਬੈਠੇ ਹੋਏ ਨੇ ਉੱਥੇ ਪਰਮੀਤ ਮੈਂ ਵੀ ਇੱਕ ਗੱਲ ਦੱਸਣੀ ਚਾਹੂੰਗਾ ਇੱਕ ਮੇਰਾ ਫਰੈਂਡ ਸੀਗਾ ਉਹ ਤਕਰੀਬਨ ਮਹੀਨੇ ਦੀ 1 ਲੱਖ ਦੀ ਉਹਦੀ ਇਨਕਮ ਸੀਗੀ ਸੈਲਰੀ ਲੈ ਰਿਹਾ ਸੀਗਾ ਉਹ ਚੰਗੀ ਭਲੀ ਜੋਬ ਛੱਡ ਕੇ ਕਹਿੰਦਾ ਮੈਂ ਬਾਹਰ ਜਾਣਾ ਉਹ 'ਚ ਇੱਦਾਂ ਦਾ ਕੀੜਾ ਸੀ ਵੀ ਮੈਂ ਬਾਹਰ ਜਾਣਾ ਇੱਥੇ ਇੰਨੀ ਵਧੀਆ ਜੋਬ ਛੱਡ ਕੇ ਹੁਣ ਉੱਥੇ ਉਹਨੂੰ ਕੋਈ ਵਾਈਟ ਕੋਲਰ ਜੋਬ ਨਹੀਂ ਮਿਲ ਰਹੀ ਉਹ ਜਾਂ ਮੈਂ ਪਿਛਲੀ ਵਾਰ ਜਦ ਗੱਲ ਹੋਈ ਹੈ ਤਾਂ ਉਹ ਕਹਿੰਦਾ ਸੀ ਵੀ ਮੈਂ ਡੋਮੀਨੋਜ਼ 'ਚ ਲੱਗਿਆ ਹੋਇਆ ਮਤਲਬ ਇੱਦਾਂ ਦੇ ਬੰਦੇ ਵੀ ਹੈਗੇ ਆ ਵੀ ਜਿਹੜੇ ਚੰਗੇ ਭਲੇ ਸੈੱਟ ਆ ਉਹ ਵੀ ਬਾਹਰ ਜਾ ਰਹੇ ਆ ਹਾਂਜੀ ਇੱਦਾਂ ਦੀ ਐਗਜ਼ਾਮਪਲ ਮੇਰੀ ਫੈਮਿਲੀ ਦੇ ਵਿੱਚ ਵੀ ਹੈਗੀ ਮੇਰਾ ਬ੍ਰਦਰ ਨੇ ਉਹਨਾਂ ਦੀ 5-7 ਲੱਖ ਰੁਪਈਆ ਮਹੀਨੇ ਦੀ ਤਨਖਾਹ ਸੀਗੀ ਹਾਂਜੀ ਬਹੁਤ ਵੱਡੇ ਅਹੁਦੇ 'ਤੇ ਕੰਮ ਕਰਦੇ ਉਹ ਬਾਹਰ ਚਲੇ ਗਏ ਅਤੇ ਉਹ ਫਿਰ ਮੈਨੂੰ ਲੱਗਦਾ ਉਹਨਾਂ ਦੇ ਬੱਚਿਆਂ ਕਰਕੇ ਫੈਮਿਲੀ ਦਾ ਫਿਊਚਰ ਜਾਂ ਫਿਰ ਥੋੜ੍ਹਾ ਬਹੁਤ ਪਿਕਚਰ ਉਹਨਾਂ ਨੂੰ ਵੀ ਕਲੀਅਰ ਨਹੀਂ ਸੀ ਜਾਂ ਫਿਰ ਉਹਨਾਂ ਦੇ ਆਪਣੇ ਡਿਸੀਜ਼ਨ ਹੋਣਗੇ ਮੈਂ ਉਸ ਬਾਰੇ ਕੁਛ ਕਹਿਣਾ ਨਹੀਂ ਚਾਹੁੰਦਾ ਪਰ ਉਹ ਵੀ ਉੱਥੇ ਮੂਵ ਕਰ ਗਏ ਨੇ ਅਤੇ ਉੱਥੇ ਜਾ ਕੇ ਹੁਣ ਐਮਾਜ਼ੋਨ ਦੇ ਵਿੱਚ ਉਹਨਾਂ ਨੇ ਕੰਮ ਕੁੰਮ ਕੀਤਾ ਆ ਫਿਰ ਉੱਥੇ ਵੱਧ ਕਮਾ ਰਹੇ ਆ ਹੁਣ 7 ਲੱਖ ਨਾਲ ਨਹੀਂ ਉਸ ਉੱਥੋਂ ਦਾ ਤੁਹਾਨੂੰ ਮਤਲਬ ਇੱਥੋਂ ਦੇ ਹਿਸਾਬ ਨਾਲ 18-20 ਹਜ਼ਾਰ ਰੁਪਇਆ 18-20 ਹਜ਼ਾਰ ਡਾਲਰ ਹੋਏਗਾ ਉਸ ਹਿਸਾਬ ਨਾਲ ਕਿਉਂਕਿ ਇੱਥੇ ਖਰਚੇ ਬਹੁਤ ਘੱਟ ਨੇ ਉੱਥੇ ਖਰਚੇ ਬਹੁਤ ਜ਼ਿਆਦਾ ਨੇ ਅਤੇ ਮੈਂ ਉੱਦਾਂ ਐਗਜੈਕਟਲੀ ਅਮਾਊਂਟ ਕਰਕੇ ਨਹੀਂ ਦੱਸ ਰਿਹਾ ਬਟ ਮੈਂ ਤੁਹਾਨੂੰ ਉਹ ਦੱਸ ਰਿਹਾ ਕਿ ਕਿੰਨਾ ਕੁ ਉਸ ਚੀਜ਼ ਦਾ ਪ੍ਰਭਾਵ ਹੈ ਖਰਚਿਆਂ ਦੇ ਹਿਸਾਬ ਦੇ ਨਾਲ ਵੈਸੇ ਤਾਂ 10-12 ਹਜ਼ਾਰ ਡਾਲਰ ਬਣਦਾ ਇਸ ਚੀਜ਼ ਦਾ ਪਰ ਉਹਨਾਂ ਦਾ ਇਹ ਕਿ 18,000 ਡਾਲਰ ਦੇ ਲੈਵਲ ਦੀ ਜੋਬ ਛੱਡ ਕੇ ਗਏ ਨੇ 18-20 ਹਜ਼ਾਰ ਡਾਲਰ ਅਤੇ ਦੇਖੋ ਉਹਨਾਂ ਦੇ ਆਪਣੇ ਡਿਸੀਜ਼ਨ ਨੇ ਅਤੇ ਜਾਂਦੇ ਜਾਂਦੇ ਬਾਈ ਕੀ ਮੈਸੇਜ ਦੇਣਾ ਚਾਹੂੰਗੇ ਜਿਹੜੇ ਬਾਹਰ ਰਹਿੰਦੇ ਆਪਣੇ ਪੰਜਾਬ ਦੇ ਵਾਸੀ ਆ ਮੈਂ ਮੈਸੇਜ ਉਹਨਾਂ ਨੂੰ ਇਹੀ ਕਹਿਣਾ ਦੇਣਾ ਚਾਹੂੰਗਾ ਕਿ ਜੇ ਜਾਣਾ ਚਾਹੁੰਦੇ ਹੋ ਤੁਸੀਂ ਬੇਸ਼ੱਕ ਜਾਓ ਉੱਥੇ ਜਾਓ ਤੁਸੀਂ ਉੱਥੇ ਰਹਿ ਕੇ ਆਓ ਤੁਹਾਨੂੰ ਵੱਖਰਾ ਐਕਸਪੋਜ਼ਰ ਮਿਲਦਾ ਆ ਅਤੇ ਅਗਰ ਦੁਨੀਆ ਦੇਖਣ ਦਾ ਵੱਖਰਾ ਨਜ਼ਰੀਆ ਮਿਲਦਾ ਆ ਵੱਖਰੇ ਕਲਚਰ ਨੂੰ ਤੁਸੀਂ ਐਕਸਪਲੋਰ ਕਰਦੇ ਹੋ ਅਤੇ ਅਗਰ ਤੁਹਾਡਾ ਨਹੀਂ ਮਨ ਲੱਗਦਾ ਉੱਥੇ ਤੁਹਾਨੂੰ ਲੱਗਦਾ ਵੀ ਹਾਂ ਚੀਜ਼ਾਂ ਠੀਕ ਨਹੀਂ ਹੈ ਤਾਂ ਤੁਸੀਂ ਜ਼ਰੂਰ ਮੁੜ ਕੇ ਵਾਪਸ ਆ ਜਾਓ ਅਤੇ ਜੇ ਤੁਹਾਨੂੰ ਠੀਕ ਲੱਗਦਾ ਤਾਂ ਪਰ ਮੁੜ ਕੇ ਕਿੱਦਾਂ ਆ ਜਾਣਾ ਇੱਥੇ ਹੁਣ 22-25 ਲੱਖ ਰੁਪਈਆ ਲਾ ਕੇ ਘਰਦਿਆਂ ਨੇ ਬਾਹਰ ਭੇਜਿਆ ਉਹ ਕਿੱਦਾਂ ਵਾਪਸ ਆ ਜਾਵੇ ਹਾਂ ਅਗਰ ਉਹ ਅਗਰ ਗਲਤੀਆਂ ਤਾਂ ਸਭ ਕਿਸੇ ਕੋਲ ਹੁੰਦੀਆਂ ਹੀ ਨੇ ਅਗਰ ਤੁਹਾਨੂੰ ਇੱਦਾਂ ਹੀ ਲੱਗਦਾ ਕਿ ਕੋਈ ਗਲਤੀ ਹੋਈ ਆ ਪਰ ਇਹੀ ਹੈ ਕਿ ਤੁਸੀਂ ਹੌਲੀ ਹੌਲੀ ਲਾਈਫ ਨਾਲ ਚੇਂਜਾਂ ਚੇਂਜ ਹੁੰਦੀਆਂ ਨੇ ਜੋ ਚੀਜ਼ਾਂ 5 ਸਾਲ ਪਹਿਲਾਂ ਸੀਗੀਆਂ ਉਹ ਅੱਜ ਨਹੀਂ ਆ ਅੱਜ ਤੋਂ 5 ਸਾਲ ਬਾਅਦ ਉਹ ਚੀਜ਼ਾਂ ਨਹੀਂ ਰਹਿਣੀਆਂ ਸੋ ਉਸ ਹਿਸਾਬ ਨਾਲ ਤੁਹਾਨੂੰ ਡਿਸੀਜ਼ਨ 'ਚ ਆਪਣੇ ਚੇਂਜ ਕਰਦੇ ਰਹਿਣਾ ਚਾਹੀਦਾ ਆ ਮੈਂ ਤਾਂ ਇਹ ਕਹੂੰਗਾ ਹੁਣ ਮੈਨੂੰ ਤਾਂ ਨਹੀਂ ਲੱਗਦਾ ਕਿ 20-22 ਲੱਖ ਰੁਪਈਆ ਲਾ ਕੇ ਤੁਹਾਨੂੰ ਉੱਥੇ ਜਾਣਾ ਚਾਹੀਦਾ ਆ ਇੰਨੇ 'ਚ ਤਾਂ ਤੁਸੀਂ ਇੱਥੇ ਆਪਣਾ ਕੰਮ ਆਪ ਸ਼ੁਰੂ ਕਰ ਸਕਦੇ ਹੋ ਕੋਈ ਵੀ ਛੋਟਾ ਬਿਜ਼ਨਸ ਜਾਂ ਵੱਡਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਅੱਜ ਕੱਲ੍ਹ ਤਾਂ ਲੋਕ ਰੇਹੜੀਆਂ ਲਾ ਕੇ ਵੀ ਜੂਸ ਬਣਾ ਬਣਾ ਕੇ ਵੀ ਪੈਸੇ ਕਮਾਈ ਜਾਂਦੇ ਨੇ ਅਤੇ ਆਪਣਾ ਬਿਜ਼ਨਸ ਨਾਲ ਫਿਰ ਉਸ ਹਿਸਾਬ ਨਾਲ ਤਰੱਕੀ ਵੀ ਹੁੰਦੀ ਆ ਅਤੇ ਉੱਥੋਂ ਦੇ ਖਰਚੇ ਵੀ ਬਹੁਤ ਜ਼ਿਆਦਾ ਨੇ ਅਤੇ ਇੱਥੋਂ ਦੇ ਜਿਹੜੇ ਖਰਚੇ ਨੇ ਉਹ ਬਹੁਤ ਘੱਟ ਨੇ ਮੈਂ ਮੰਨਦਾ ਹਾਂ ਅਤੇ ਮੈਨੂੰ ਇਸ ਚੀਜ਼ ਦੀ ਕੋਈ ਤੁੱਕ ਨਹੀਂ ਲੱਗਦੀ ਕਿ ਇੰਨਾ ਪੈਸਾ ਲਾ ਕੇ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਅਗਰ ਕੋਈ ਜਾਣਾ ਚਾਹੁੰਦਾ ਆ ਤਾਂ ਉਹਨੂੰ ਬੇਸ਼ੱਕ ਜਾਣਾ ਚਾਹੀਦਾ ਆ ਅਗਰ ਉਹਦਾ ਇਕਨੋਮਿਕਲੀ ਉਹ ਬੰਦਾ ਸਟਰੋਂਗ ਹੈ ਅਤੇ ਹਾਂ ਜਾਵੇ ਉੱਥੇ ਦੇਖ ਕੇ ਆਵੇ ਮੌਲ ਚਾਲ ਜੇ ਇੰਡੀਆ 'ਚ ਰੁਜ਼ਗਾਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇੰਡੀਆ ਦੀ ਸਰਕਾਰ ਨੂੰ ਸੋਰੀ ਇੰਡੀਆ ਦੇ ਵਿੱਚ ਰੁਜ਼ਗਾਰ ਨੂੰ ਲੈ ਕੇ ਕੀ ਕਹਿਣਾ ਚਾਹੂੰਗਾ ਰੁਜ਼ਗਾਰ ਕਾਫੀ ਵੱਧ ਗਿਆ ਅੱਗੇ ਨਾਲੋਂ ਮੈਂ ਤਾਂ ਇਹ ਕਹੂੰਗਾ ਉੱਥੇ ਨਾਲੋਂ ਤਾਂ ਜ਼ਿਆਦਾ ਹੀ ਆ ਮੈਨੂੰ ਹਲੇ ਮੈਂ ਵੀ ਹਲੇ ਹੁਣੇ ਹੀ ਆਇਆ ਪਿਛਲੇ ਮਹੀਨੇ ਮੈਂ ਵਾਪਸ ਆਇਆ ਅਤੇ ਮੈਨੂੰ ਹਲੇ ਪਤਾ ਨਹੀਂ ਕਿਸ ਲੈਵਲ ਦਾ ਰੁਜ਼ਗਾਰ ਹੈ ਕਿਉਂਕਿ ਇੱਥੇ ਆ ਕੇ ਮੈਂ ਵੀ ਹੁਣ ਇੱਥੇ ਪ੍ਰਾਈਵੇਟ ਜੋਬ ਸ਼ੁਰੂ ਕਰਤੀ ਅਤੇ ਮੈਨੂੰ ਕਾਫੀ ਆਸਾਨੀ ਨਾਲ ਮਿਲ ਗਈ ਹੈ ਜੋਬ
ਅਤੇ ਉੱਥੇ ਉਸ ਹਿਸਾਬ ਦਾ ਰੁਜ਼ਗਾਰ ਨਹੀਂ ਹੈ ਅਤੇ ਉਸ ਹਿਸਾਬ ਨਾਲ ਤਰੱਕੀ ਨਹੀਂ ਹੋ ਰਹੀ ਜਿਸ ਹਿਸਾਬ ਨਾਲ ਇੱਥੇ ਹੋ ਰਹੀ ਹੈ। ਬੇਸ਼ੱਕ ਉਹ ਡਿਵੈਲਪਡ ਦੇਸ਼ ਨੇ ਪਰ ਆਪਣਾ ਜਿਹੜਾ ਡਿਵੈਲਪਿੰਗ ਦੇਸ਼ ਹੈ ਉਹ ਆਪਾਂ ਵੱਖਰੇ ਲੈਵਲ 'ਤੇ ਤਰੱਕੀ ਕਰ ਰਹੇ ਹਾਂ। ਅਗਲੇ 15-20 ਸਾਲ ਤੱਕ ਆਪਣੀ ਵਰਲਡ ਸਟੇਜ ਦੇ ਉੱਤੇ ਵੱਖਰੀ ਹੀ ਪਛਾਣ ਹੋਵੇਗੀ। ਬਾਕੀ ਮਿਹਨਤ ਆਪਣੀ ਆ। ਹਾਂਜੀ ਬਿਲਕੁਲ, ਮਿਹਨਤ ਜਿਹੜਾ ਮਿਹਨਤ ਕਰ ਲੈਂਦਾ ਹੈ ਉਹ ਫਿਰ ਉਹਨੂੰ ਸਫਲਤਾ ਸਫਲ ਹੋਣ 'ਚ ਕੋਈ ਨਹੀਂ ਰੋਕ ਸਕਦਾ। ਸੋ ਬਿਲਕੁਲ ਦੋਸਤੋ, ਉਹ ਕਹਿੰਦੇ ਨੇ ਕਿ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ। ਸੋ ਗੱਲ ਇਹ ਆ ਵੀ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਜਾਓ, ਪਰ ਇੱਕ ਵਾਰ ਆ ਬਾਈ ਦਾ ਇੰਟਰਵਿਊ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਅਤੇ ਗੱਲਾਂ ਜ਼ਰੂਰ ਸੁਣਿਓ ਸਾਰੇ, ਕਿਉਂਕਿ ਜਿਹੜੇ ਬੱਚੇ ਬਾਹਰ ਗਏ ਆ ਹੈ ਨਾ ਉਹਨਾਂ ਦੀ ਕਹਾਣੀ ਬਾਈ ਨੇ ਦੱਸੀ ਆ, ਅਤੇ ਉਹ ਕਹਾਣੀ ਜੇ ਤੁਹਾਡੇ ਨਾਲ ਵੀ ਢੁੱਕਦੀ ਆ ਤੁਸੀਂ ਵੀ ਵਾਪਸ ਆਇਓ ਤਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ। ਕਮੈਂਟ ਬੋਕਸ ਵਿੱਚ ਦੱਸਿਓ ਵੀ ਤੁਹਾਡੇ ਕਿਹੜੇ ਕਿਹੜੇ ਰਿਲੇਟਿਵਸ ਨੇ ਜਾਂ ਤੁਹਾਡੇ ਯਾਰ ਮਿੱਤਰ ਜਿਹੜੇ ਬਾਹਰ ਗਏ ਨੇ ਉਹਨਾਂ ਦਾ ਵੀ ਮਨ ਬਣ ਰਿਹਾ ਵਾਪਸ ਆਉਣ ਦਾ, ਜਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੱਚੇ ਵਾਪਸ ਆ ਰਹੇ ਆ ਉਹ ਕੀ ਕਾਰਨ ਨੇ ਵੀ ਉਹ ਹੁਣ ਦੁਬਾਰਾ ਆਪਣੇ ਵਤਨ ਪਰਤ ਰਹੇ ਨੇ। ਤਮਾਮ ਸਵਾਲ ਨੇ, ਇਹਨਾਂ ਦੇ ਜਵਾਬ ਤੁਸੀਂ ਵੀ ਦੇ ਸਕਦੇ ਹੋ। ਸੋ ਐਸੀ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਮੁੜ ਤੋਂ ਮਿਲਾਵਾਂਗੇ, ਐਸੇ ਇੱਕ ਹੋਰ ਨੌਜਵਾਨ ਵੀਰ ਦੇ ਨਾਲ, ਅਤੇ ਉਹਦੀ ਸੁਣਾਵਾਂਗੇ ਤੁਹਾਨੂੰ ਕਹਾਣੀ। ਸੋ ਫਿਲਹਾਲ ਇਜਾਜ਼ਤ ਦਿਓ, ਰੱਬ ਰਾਖਾ।